ਰਾਜੀਵ ਕਹਿੰਦਾ ਚਲੋ ਚਲੋ ਕਿਸਾਨਾਂ ਨੂੰ ਬਾਹਰ ਕੱਢਣ ਆਇਆ ਤੇ ਸਿੱਧੇ ਤੌਰ ਤੇ ਉਹ ਹੱਲ ਦੇਣ ਆਇਆ
ਸਿਆਣਾ ਆਦਮੀ ਜਦੋਂ ਕਾਲੇ ਬੱਦਲ ਆਏ ਹੁੰਦੇ ਨਾ ਤੇ ਉਹ ਜਾਮਾ ਪਾ ਲੈਂਦਾ। ਅੱਜ ਪੰਜਾਬ ਦਾ ਹਰ ਬੰਦਾ ਹਰ ਕਿਸਾਨ ਆਪਣੇ ਚੋਏ ਨੁਮਾਇੰਦਿਆਂ ਦੇ ਵੱਲ ਦੇਖ ਰਿਹਾ ਔਰ ਬੜੀ ਆਸ ਦੇ ਨਾਲ ਦੇਖ ਰਿਹਾ, ਬੜੀ ਉਮੀਦ ਦੇ ਨਾਲ ਦੇਖ ਰਿਹਾ ਵੀ ਉਹ ਸਾਨੂੰ ਇਸ ਦਲਦਲ ਚੋਂ ਕਿਵੇਂ ਕੱਢੂ, ਸਾਨੂੰ ਹੱਲ ਕਿਵੇਂ ਦਊ, ਖਰਾ ਉਤਰੂ ਜਾਂ ਖੋਟਾ ਸਿੱਕਾ ਨਿਕਲੂ। ਇਹ ਹਰ ਬੰਦਾ ਦੇਖ ਰਿਹਾ ਚੋਏ ਨੁਮਾਇੰਦਿਆਂ ਵੱਲ। ਤੇ ਜੇ ਅੱਜ ਅਸੀਂ ਪਿੱਠ ਦਿਖਾ ਦਈਏ ਤੇ ਅੱਜ ਜੇ ਅਸੀਂ ਰਿਜ਼ਾਈਨ ਦੇ ਦਈਏ ਤੇ ਫਿਰ ਤੇ ਰਾਸ਼ਟਰਪਤੀ ਸ਼ਾਸਨ ਆ ਜੂ, ਉਸ ਕੇਂਦਰ ਦਾ ਰਾਜ ਆ ਜੂ ਜਿਹਦੇ ਖਿਲਾਫ ਅੱਜ ਪੰਜਾਬ ਦਾ ਬੱਚਾ ਬੱਚਾ ਸਾਰਾ ਪੰਜਾਬ ਇੱਕ ਜੁੱਟ ਹੋ ਕੇ ਖੜਾ ਔਰ ਪੰਜਾਬ ਦੇ ਲੋਕ ਅੰਦੋਲਨ ਚਲਾ ਰਹੇ। ਫਿਰ ਜੇ ਆਪਾਂ ਰਿਜ਼ਾਈਨ ਕਰਕੇ ਅਗਲੀ ਇਲੈਕਸ਼ਨ ਜਿੱਤ ਵੀ ਗਏ ਤੇ ਮੁਸੀਬਤ ਤੇ ਉੱਥੇ ਦੀ ਉੱਥੇ ਖੜੀ ਹੈ, ਜੋ ਹੱਲ ਉਦੋਂ ਦੇਣੇ ਸੀ ਉਹ ਅੱਜ ਦਿਓ, ਪਰ ਹੱਲ ਦਿਓ, ਪੰਜਾਬ ਦੀ ਕਿਸਾਨੀ ਨੂੰ ਬਚਾਓ ਤੇ ਪੰਜਾਬ ਨੂੰ ਬਚਾਓ। ਸਾਨੂੰ ਸਾਡੇ ਗੁਰੂਆਂ ਨੇ ਪੰਜਾਬੀਅਤ ਦੀ ਰਾਹ ਲੋਕੇ ਤੋਰਿਆ, ਬਾਬਾ ਨਾਨਕ ਨੇ ਆਪ ਫਰਮਾ ਕੇ ਸਾਨੂੰ ਕਿਸਾਨੀ ਦੀ ਰਾਹ ਲੋਕੇ ਤੋਰਿਆ। ਅੱਜ ਪੰਜਾਬ ਵਿੱਚ ਕਿਸਾਨਾਂ ਦਾ ਇਹ ਸੱਚਾ ਸੰਘਰਸ਼ ਚੱਲ ਰਿਹਾ, ਪਵਿੱਤਰ ਸੰਘਰਸ਼ ਚੱਲ ਰਿਹਾ, ਮੇਰੀ ਪੱਗ ਵਰਗਾ ਸੰਘਰਸ਼ ਚੱਲ ਰਿਹਾ, ਇੱਜ਼ਤ ਵਾਲਾ ਸੰਘਰਸ਼ ਚੱਲ ਰਿਹਾ। ਤੇ ਇਹ ਕਹਿ ਦੇਣਾ ਕਿ ਇਸ ਸੰਘਰਸ਼ ਨੂੰ ਬਾਹਰੀ ਤਾਕਤਾਂ ਚਲਾ ਰਹੀਆਂ, 100 ਮਣ ਦੁੱਧ ਦੇ ਵਿੱਚ ਖੱਟਾ ਪਾਉਣ ਵਾਲੀ ਗੱਲ ਹੈ, 100 ਮਣ ਦੁੱਧ ਦੇ ਵਿੱਚ ਖੱਟਾ ਪਾਉਣ ਵਾਲੀ ਗੱਲ ਨਿਰਾਦਰ ਹੈ, ਅਪਮਾਨ। ਕੁਛ ਲੋਕ ਇਹ ਸਾਜਿਸ਼ ਰਚ ਰਹੇ ਨੇ ਪਰ ਉਹਨਾਂ ਦਾ ਪਰਦਾ ਫਾਸ਼ ਹੋਣਾ ਹੀ ਹੋਣਾ ਹੈ, ਗਲੀਆਂ 'ਚ ਹੋਣਾ, ਮੁਹੱਲਿਆਂ 'ਚ ਹੋਣਾ, ਸੱਥਾਂ 'ਚ ਹੋਣਾ, ਪੰਜਾਬ ਦੇ ਲੋਕਾਂ ਨੇ ਕਰ ਦੇਣਾ, ਕਿਉਂਕਿ ਜੋ ਪਬਲਿਕ ਹੈ ਇਹ ਸਭ ਜਾਣਦੀ ਹੈ। ਇਹ ਹਾਲਾਤ ਖਰਾਬ ਹੋਣ ਦੀ ਜਿਹੜੀ ਗੱਲ ਹੈ ਇਹ ਜਦੋਂ ਇਲੈਕਸ਼ਨ ਆਉਣਾ ਉਦੋਂ ਵੀ ਹੁੰਦੀ ਹੈ ਭਾਈ, ਤੈਨੂੰ ਸਮਝ ਨਹੀਂ ਆਇਆ? ਚਾਰ ਸਾਢੇ 4 ਸਾਲ ਤੇ ਅਮਨ ਮਾਨ ਹੈ, ਫਿਰ ਜਦੋਂ ਇਲੈਕਸ਼ਨ ਆਉਂਦਾ ਹੁਣ ਇਹ ਹਾਲਾਤ ਖਰਾਬ ਹੋ ਗਏ, ਪਰ ਅਸੀਂ ਕਿਹੜੀ ਆ ਗਈ ਜੀ, ਇੱਥੋਂ ਤਾਂ ਬਾਹਰ ਤਾਕਤਾਂ ਆ ਗਈਆਂ ਜੀ। ਮੈਂ ਸੁਚੇਤ ਕਰ ਰਿਹਾ ਤੁਹਾਨੂੰ, ਅਸਲੀ ਮੁੱਦਿਆਂ ਤੋਂ ਭਟਕਾ ਰਹੇ ਆ ਕੁਛ ਲੋਕ, ਤੁਹਾਨੂੰ ਗੁੰਮਰਾਹ ਕਰ ਰਹੇ ਆ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਦੇ ਲਈ। ਪਰ ਪੰਜਾਬੀਅਤ ਤਾਲ ਬਣ ਕੇ ਸਾਨੂੰ ਏਕਤਾ 'ਚ ਬੰਨਦੀ ਹੈ। ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਾਜਾ ਉਪਜਿਆ ਕੌਣ ਭਲੇ ਕੋ ਬੰਦੇ। ਅਸੀਂ ਉਸ ਗੁਰੂਆਂ ਦੀ ਦਿੱਤੀ ਸੇਧ ਦੇ ਨਾਲ ਪੰਜਾਬੀਅਤ 'ਚ ਬੰਨਿਆ, ਹਰ ਧਰਮ ਦਾ ਸਨਮਾਨ ਕਰਨ ਜਾਂਦੇ ਆ, ਸਰਬੱਤ ਦੇ ਭਲੇ ਦੀ ਰਾਹ ਤੇ ਤੁਰਨ ਜਾਂਦੇ ਆ, ਛਬੀਲਾ ਲਾਉਂਦੇ ਆ, ਲੰਗਰ ਵਰਤਾਉਂਦੇ ਆ। ਜਦੋਂ ਕਰੋਨਾ ਹੋਇਆ ਸੀ ਤੇ ਘਰਾਂ 'ਚ ਤੁਰਦੇ ਸੀ ਲੋਕ, ਮੇਰੀ ਪੱਗ ਵਰਗੇ ਪੰਜਾਬੀਆਂ ਨੇ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੱਤਾ, ਕਿਸੇ ਨੂੰ ਭੁੱਖਾ ਨਹੀਂ ਸੌਣ ਦਿੱਤਾ। ਇਹ ਗੁਰੂਆਂ ਦੀ ਸੇਧ, ਇਹ ਪੰਜਾਬੀਅਤ ਦੀ ਢਾਲ ਨੂੰ ਬੰਨਣ ਦੀ ਕੋਸ਼ਿਸ਼ ਕਰ ਰਹੇ ਆ, ਇਹ ਸਾਨੂੰ ਬੰਨਣ ਦੀ ਕੋਸ਼ਿਸ਼ ਕਰ ਰਹੇ ਆ। ਕੈਂਚੀ ਵੱਢਦੀ ਹੈ ਤੇ ਦਰਜੀ ਪੈਰ ਦੇ ਵਿੱਚ ਲਾ ਕੇ ਰੱਖਦਾ ਤੇ ਸੂਈ ਜੋੜਦੀ ਹੈ
ਤੇ ਬੰਦਾ ਪੱਗ ਦੇ ਵਿੱਚ ਸਜਾ ਕੇ ਰੱਖਦਾ, ਚੋੜਨ ਵਾਲੇ ਨੂੰ ਮਾਣ ਹੈ ਤੇ ਤੋੜਨ ਵਾਲੇ ਨੂੰ ਅਪਮਾਨ। ਇਹ ਪੰਜਾਬੀਅਤ ਨੂੰ ਭੁੱਲਿਓ ਨਾ, ਮੇਰੀਆਂ ਗੱਲਾਂ ਚ ਸਾਰੀਆਂ ਸੰਜੀਦਗੀ ਵਾਲੀਆਂ ਹੋਣ। ਕੇਂਦਰ ਦਾ ਏਜੰਡਾ ਤੇ ਪੂਰਾ ਸਾਫ ਹੈ, ਇਹ ਤਿੰਨ ਕਾਲੇ ਕਾਨੂੰਨਾਂ ਨੇ ਕੋਈ ਸ਼ੱਕ ਸ਼ੋਭਾ ਛੱਡਿਆ ਹੀ ਨਹੀਂ। ਤੇ ਦੇਖੋ ਬਾਕੀ ਰਹਿੰਦੀ ਖੂੰਦੀ ਕਸਰ ਰਹਿ ਗਈ ਸੀ ਤੇ ਪਰਾਲੀ ਦੀ ਸਜ਼ਾ, ਕਰੋੜ ਰੁਪਈਆ ਸਜ਼ਾ ਤੇ ਜੇਲ੍ਹ ਦੀ ਸਜ਼ਾ ਇਹਨੇ ਪੂਰੀ ਕਰਤੀ। ਤੇ ਜੇ ਉੱਥੋਂ ਕੁਛ ਬਚਿਆ ਤੇ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ, ਜਿਹੜਾ ਸਿੱਧੇ ਪੈਸੇ ਤੁਹਾਡੇ ਅਕਾਊਂਟ 'ਚ ਪਾਉਣ ਦੀ ਕੇਂਦਰ ਸਰਕਾਰ ਗੱਲ ਕਰਦੀ ਹੈ, ਇਹਦਾ ਮਤਲਬ ਇਹ ਹੈ ਕਿ ਤੁਹਾਡੇ ਤੇ ਬਿਜਲੀ ਦਾ ਬਿੱਲ ਲਾਉਣਗੇ। ਕਿਉਂਕਿ ਕੇਂਦਰ ਸਰਕਾਰ ਦਾ ਇਹ ਹੁਕਮ ਹੈ ਕਿ ਸਿੱਧੇ ਪੈਸੇ ਜਮ੍ਹਾਂ ਕਰਾਓ ਕਿਸਾਨ ਦੇ, ਉਹਨੂੰ ਸਬਸਿਡੀ ਨਾ ਦਿਓ। ਤੇ ਜਿਹੜੀ ਪੰਜਾਬ ਸਰਕਾਰ ਦੇ ਇੰਨੇ ਕਰਜ਼ੇ ਲਿਖੇ ਹੋਏ ਆ, ਤੁਹਾਨੂੰ ਸਿੱਧੇ ਪੈਸੇ ਕਿੱਦਾਂ ਪਾਉਣਗੇ? ਇਹ ਤੁਹਾਡੀ ਸਬਸਿਡੀ ਵੀ ਬੰਦ ਕਰਨਗੇ ਤੇ ਤੁਹਾਡੇ ਤੇ ਬਿੱਲ ਵੀ ਲਾਉਣਗੇ। ਅੱਜ ਗੇਮ ਕੀ ਚੱਲਣ ਰਹੀ ਹੈ, ਪਹਿਲਾਂ ਇਹ ਸਮਝ ਲਓ ਵੀ ਇਹ ਗੇਮ ਚੱਲਣ ਕੀ ਰਹੀ ਹੈ, ਇਹਨੂੰ ਧਿਆਨ ਨਾਲ ਸਮਝੋ। ਮੈਂ ਸਮਝਾ ਕੇ ਜਾਊਂ। ਅੱਜ ਜਿਹੜਾ ਉਤਪਾਦਨ ਵਾਲਾ ਸੈਕਟਰ ਹੈ, ਮੈਨੂਫੈਕਚਰਿੰਗ ਸੈਕਟਰ ਤੇ ਸਰਵਿਸ ਸੈਕਟਰ, ਇਹ ਘੱਟ ਚੱਲਣ ਡਿਆ। ਇਹ ਸਰਕਾਰ ਸੈਂਟਰ ਦੀ ਅਸੀਂ ਕਸੂਤੀ ਹੈ, 23% GDP ਦੀ ਹਰ ਚੀਜ਼ ਘੱਟ ਗਈ, ਸਿਰਫ ਕਿਸਾਨੀ ਦੇ ਝੰਡੇ 'ਚ ਡੰਡਾ ਲੱਗਾ। ਔਰ ਕਿਸਾਨੀ ਦੀ ਜਿਹੜੀ ਇਨਕਮ ਹੈ ਉਹ ਟੈਕਸ ਫਰੀ ਹੈ, ਟੈਕਸ ਫਰੀ। ਇਹ ਟੈਕਸ ਫਰੀ ਕਰੋੜਾਂ ਦੀ ਇਨਕਮ ਜਿਹੜੀ ਹੈ ਇਹ ਅੰਬਾਨੀ ਤੇ ਅਡਾਨੀ ਦੀ ਜੇਬ 'ਚ ਪਾਉਣ ਦੀ ਇਹਨਾਂ ਦੀ ਸਲਾਹ ਹੈ। ਇਹ ਗੇਮ ਚੱਲਣ ਲੱਗੀ ਹੈ, ਰਿਮੋਟ ਕੰਟਰੋਲ ਨਾਲ ਅੰਬਾਨੀ ਤੇ ਅਡਾਨੀ ਦੇ ਹੱਥਾਂ ਦੇ ਵਿੱਚ ਪੰਜਾਬ ਦੀ ਕਿਸਾਨੀ ਨੂੰ ਮਾਰ ਕੇ ਪੰਜਾਬ ਦੀ ਕਿਸਾਨੀ ਦਾ ਮੁਨਾਫਾ ਇਹ ਚੰਦ ਪੂੰਜੀਪਤੀਆਂ ਨੂੰ ਦੇਣ ਦੀ ਇਹਨਾਂ ਦੀ ਪੂਰੀ ਅੱਖ ਔਰ ਕਾਲੀ ਅੱਖ। ਮੈਂ ਤੁਹਾਡੀ ਨਜ਼ਰ ਕੇਂਦਰ ਦੇ ਖੇਤੀ ਮੰਤਰੀ ਤੋਮਰ ਦੇ ਵੱਲ ਕਰਦਾ। ਤੋਮਰ ਦੀ ਮੀਟਿੰਗ ਜਿਹੜੀ ਨੀਤੀ ਆਯੋਗ, ਜਿਹੜਾ ਆਪਣਾ ਪੰਜਾਬ ਦਾ ਪਲੈਨਿੰਗ ਬੋਰਡ ਹੈ ਨਾ, ਉਹ ਤਾਂ ਨੀਤੀ ਆਯੋਗ ਹੈ, ਇਹਦੀ ਬੰਬੇ ਦੇ ਵਿੱਚ ਮੀਟਿੰਗ ਹੋਈ ਤੇ ਖੇਤੀ ਮੰਤਰੀ ਉੱਥੇ ਕੀ ਕਹਿੰਦਾ ਵੀ ਸਾਨੂੰ ਇੱਕ ਇੱਕ ਨਾਲਾ, ਦੋ ਇੱਕ ਨਾਲਾ ਕਿਸਾਨ ਦਾ ਖੇਤ ਨਹੀਂ ਚਾਹੀਦਾ, ਸਾਨੂੰ ਤਾਂ ਵੱਡੀ ਖੇਤੀ ਚਾਹੀਦੀ ਹੈ, ਵੱਡੇ ਖੇਤ ਚਾਹੀਦੇ ਹੈ। ਕਹਿਣ ਦਾ ਭਾਵ ਕਿ ਜਿਹੜਾ ਇੱਕ 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 ਨਾਲਾ ਕਿਸਾਨ ਹੈ, ਦੋ ਦੋ ਇੱਕ ਨਾਲਾ ਤੇ ਪੰਜ ਪੰਜ ਇੱਕ ਨਾਲਾ ਕਿਸਾਨ ਹੈ, ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਨਾਲ ਕੰਟਰੈਕਟ ਕਰਕੇ 20-20 ਸਾਲ ਦੇ ਕੰਟਰੈਕਟ ਕਰਾਂਗੇ, ਦੋ ਇੱਕ ਨਾਲੇ ਨੂੰ ਅੱਡ ਪੈਸੇ ਦੇਵਾਂਗੇ, ਅੱਡ ਰੇਟ ਦੇਵਾਂਗੇ, ਵਕੀਲ ਵਕੂਲ ਦੇ ਰੂਪ ਹੈ ਨਹੀਂ, ਤੇ 10 ਏਕੜ ਵਾਲੇ ਨੂੰ ਅੱਡ ਦੇਵਾਂਗੇ, 1000-1000 ਏਕੜ ਦੇ ਇਕੱਠੇ ਫਾਰਮ ਬਣਾ ਕੇ ਜ਼ਮੀਨਾਂ ਤੇ ਕਬਜ਼ਾ ਕਰਨਾ, ਸਾਡੀ ਮਾਂ ਦੇ ਅੰਚਲ ਨੂੰ ਹੱਥ ਪਾਵਾਂਗੇ ਤੇ ਹੱਥ ਲਾ ਦੇਵਾਂਗੇ। ਯਾਦ ਰੱਖੋ, ਹੱਥ ਲਾ ਦੇਵਾਂਗੇ। ਕੋਈ ਤਾਰੀ ਮਰਨ ਦੀ ਲੋੜ ਨਹੀਂ, ਵੱਟ ਕਰ ਦੂੰ ਜਲੇਬੀਆਂ ਨੂੰ, ਇਕੱਠਾ ਕਰ ਦੂੰ ਸਾਰੇ ਇਹਨਾਂ ਦੇ ਕੋਲ, ਖੋਲ ਦੂੰ ਮੈਂ ਪਰਦੇ ਇਹਨਾਂ ਦੇ, ਫਾਸ਼ ਕਰ ਦੂੰ। ਇਹ ਭਾਵਨਾ ਇਹਨਾਂ ਦੀ, ਇਹ ਖੋਟੀ ਨੀਅਤ ਹੈ ਇਹਨਾਂ ਦੀ। ਤੇ ਅੱਜ ਜੇ ਕੋਈ ਫੈਕਟਰੀ ਵਾਲਾ ਵੱਡਾ ਜਿਹੜਾ ਦਿੱਲੀ ਵਾਲਾ ਦੇਖਿਆ ਨਾ ਤੁਸੀਂ, ਅੰਬਾਨੀ ਵਾਲਾ ਨੀ, ਹਾਂ ਵਾਹ ਦੇਖਣ ਵਾਲੇ, ਹਵਾਈ ਜਹਾਜ਼ ਤੋਂ ਥੱਲੇ ਨਹੀਂ ਉਤਰਦੇ, ਪੈਰ ਜ਼ਮੀਨ ਤੇ ਲੱਗਦੇ ਨਹੀਂ। ਜੇ ਇਹਨਾਂ ਦੀ ਫੈਕਟਰੀ ਕਦੇ ਪੋਲਿਊਸ਼ਨ ਕਰਦੀ ਹੈ ਨਾ, ਇਹਨੂੰ ਪੋਲਿਊਸ਼ਨ ਕਰਦੀ ਹੈ ਨਾ, ਉਹਨੂੰ ਟੈਕਸਾਂ ਦੀ ਛੋਟ ਦਿੰਦੇ ਆ, ਟੈਕਸਾਂ ਦੀ ਛੋਟ। ਲਓ ਅੱਜ ਸੈਂਟਰ ਦੀ ਸਰਕਾਰ 'ਚ ਆ ਕੇ ਮੇਰੇ ਨਾਲ ਕੋਈ ਬਹਿਸ ਕਰ ਲਏ, 5 ਲੱਖ ਕਰੋੜ ਰੁਪਈਆ ਹਰ ਸਾਲ ਟੈਕਸ ਛੱਡਦੇ ਆ ਕਿ ਨਹੀਂ ਛੱਡਦੇ? ਟੈਕਸਾਂ ਨੂੰ ਛੱਡਦੇ ਆ। ਜਿੰਨੇ ਬੈਂਕ ਦੇਸ਼ ਦੇ ਸਰਕਾਰੀ ਬੈਂਕ 17 ਲੱਖ ਕਰੋੜ ਰੁਪਈਆ ਲੁਟਾ ਤਾ, ਜੇ ਕੋਈ ਕਿਸਾਨ ਜਾਂਦਾ ਨਾ ਕਰਜ਼ਾ ਲੈਣ
10-10, 20,000 ਕਰੋੜਾਂ ਨੀਰਵ ਮੋਦੀ, ਫਲਾਨਾ ਮੋਦੀ, ਧਮਕਾਨਾ ਮੋਦੀ, ਬੈਠ ਕੇ ਵੱਡੇ ਵੱਡਿਆਂ ਦੀ ਗੋਦੀ ਤੇ ਫੁਰ ਜਾਂਦੇ ਬਾਹਰ ਨੂੰ। ਇਹਨਾਂ ਤੇ ਇੱਕ ਕਾਰਵਾਈ ਹੋਈ ਹੈ 17 ਲੱਖ ਕਰੋੜ ਰੁਪਇਆ, ਇਹ ਦੇਸ਼ ਦਾ ਖਾਵੇ 5-5 ਲੱਖ ਕਰੋੜ ਰੁਪਇਆ ਹਰ ਸਾਲ ਟੈਕਸਾਂ ਦੀ ਛੋਟ। ਤੇ ਜੇ ਕੋਈ ਗਰੀਬ ਕਿਸਾਨ ਮਜਬੂਰੀ ਚ ਪਰਾਲੀ ਫੂਕਦਾ ਤੇ 1 ਕਰੋੜ ਰੁਪਇਆ ਜੁਰਮਾਨਾ ਤੇ ਅੰਦਰ ਤੇ ਹੁੰਦਾ ਜੀ। ਜਦੋਂ ਸਰਕਾਰਾਂ ਉਹਨਾਂ ਲੋਕਾਂ ਨੂੰ ਸਜ਼ਾ ਦੇਣ ਲੱਗ ਜਾਣ ਜਿਹਨਾਂ ਨੇ ਵੋਟਾਂ ਪਾ ਕੇ ਜਿਤਾਇਆ, ਜਦੋਂ ਸਰਕਾਰਾਂ ਬਦਲੇ ਦੇ ਉੱਤੇ ਆਤੁਰ ਹੋ ਜਾਣ ਤੇ ਸਮਝ ਲਓ ਉਹਨਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ, ਉਹਨਾਂ ਦੀ ਬੁੱਧੀ ਭ੍ਰਿਸ਼ਟ ਹੋ ਗਈ। ਦੁੱਧ ਨੂੰ ਭੱਠੀ ਦੇ ਉੱਤੇ ਰੱਖੋ ਤੇ ਦੁੱਧ ਦਾ ਉੱਬਲਣਾ ਨਿਸ਼ਚਿਤ। ਤੇ ਜਦੋਂ ਕਿਸਾਨ ਦੇ ਵਿੱਚ ਰੋਸ਼ ਆ ਗਏ, ਆਕਰੋਸ਼ ਆ ਗਏ ਤੇ ਸਰਕਾਰਾਂ ਦਾ ਉਲਟਣਾ ਵੀ ਨਿਸ਼ਚਿਤ ਹੈ। ਇਹ ਲਿਖ ਲਓ ਮੇਰੀ ਗੱਲ, ਇਹ ਹੋ ਕੇ ਰਹੂਗਾ। ਤੇ ਮੈਂ ਅੱਜ ਇਸ ਪਰਾਲੀ ਵਾਲੇ ਫੂਕਣ ਵਾਲੇ ਮਸਲੇ ਤੋਂ ਸ਼ੁਰੂ ਕਰਦਾ ਹਾਂ। ਦੁੱਧ ਦਾ ਦੁੱਧ ਕਰ ਦੂੰ, ਪਾਣੀ ਦਾ ਪਾਣੀ ਕਰ ਦੂੰ। ਕੋਈ ਕਹਿੰਦਾ ਜੀ ਪਰਾਲੀ ਨੂੰ ਫੂਕਣ ਦੇ ਨਾਲ ਦਿੱਲੀ ਚ ਪ੍ਰਦੂਸ਼ਣ ਹੁੰਦੀ ਹੈ, ਕੋਈ ਕਹਿੰਦਾ ਜੀ ਨਹੀਂ ਹੁੰਦੀ। ਮੈਂ ਇਸ ਰਾਤ ਦੇ ਰਾਤ ਪਿੰਡ ਆਈ, ਪੰਜਾਬ ਦੇ ਪਿੰਡਾਂ ਦੇ ਵਿੱਚ ਤੇ ਪੋਲੂਸ਼ਨ ਹੋ ਰਹੀ ਹੈ ਨਾ ਯਾਰੋ, ਦਿੱਲੀ ਤੇ ਬਹੁਤ ਦੂਰ ਹੈ। ਮੈਨੂੰ ਫਿਕਰ ਹੈ ਕਿ ਆਪਣੇ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਨਾ ਫੂਕਣ ਦੇ ਅਜਿਹੇ ਵਿਕਲਪ ਆਲਟਰਨੇਟਿਵ ਇਨਸੈਂਟਿਵ ਦਿੱਤੇ ਜਾਣ, ਉਹ ਪਰਾਲੀ ਵੀ ਨਾ ਫੂਕਣ ਤੇ ਉਹਨਾਂ ਦੀ ਆਮਦਨ ਵੀ ਵਧੇ। ਤੁਸੀਂ ਕੋਈ ਇਹੋ ਜਿਹਾ ਇਨਸੈਂਟਿਵ ਦਿੱਤਾ ਕਿ ਕਿਸਾਨ ਦੀ ਆਮਦਨ ਵਧੇ, ਆਪੋ ਪਰਾਲੀ ਫੂਕ ਸਕੇ? ਜਦ ਤੱਕ ਸਰਕਾਰਾਂ ਪਰਾਲੀ ਦੇ ਮਸਲੇ ਦੇ ਵਿੱਚ ਕਿਸਾਨ ਦੇ ਮੁਨਾਫੇ ਵਾਲੇ ਹੱਲ ਨਹੀਂ ਦਿੰਦੀਆਂ ਤੇ ਦੇਣਗੀਆਂ ਨੇ, ਜਦ ਤੱਕ ਸਰਕਾਰਾਂ ਕਿਸਾਨ ਦੀ ਬਾਂਹ ਨਹੀਂ ਫੜਨਗੀਆਂ, ਤਦ ਤੱਕ ਉਹ ਪਰਾਲੀ ਫੂਕਣ ਦੇ ਮਸਲੇ ਤੇ ਕਿਸਾਨ ਨੂੰ ਨਹੀਂ ਬਲਕਿ ਆਪਣੀ ਨਾਕਾਮੀ ਨੂੰ ਲੰਘ ਰਹੀਆਂ। ਮੈਂ ਡਰ ਕੇ ਕਹਿੰਦਾ ਔਰ ਠੋਕ ਕੇ ਕਹਿੰਦਾ ਇਹ ਉਹਨਾਂ ਦੀ ਨਾਕਾਮੀ। ਅੱਜ ਕੇਂਦਰ ਆਰਡੀਨੈਂਸ ਲੈ ਕੇ ਆਇਆ ਕਿ ਪਰਾਲੀ ਫੂਕਣ ਤੇ ਸਜ਼ਾ ਦੇ ਦੇਵਾਂਗੇ, ਪਰ ਉਹਨਾਂ ਨੇ ਪਰਾਲੀ ਨਾ ਫੂਕੀ ਜਾਵੇ ਇਸ ਲਈ ਹੱਲਾਂ ਨੂੰ ਪੂਰੇ ਪੰਜਾਬ ਵਿੱਚ ਕਿਵੇਂ ਲਾਗੂ ਕੀਤਾ ਜਾਵੇ ਇਹਦੇ ਉੱਤੇ ਕੋਈ ਕਦਮ ਚੁੱਕੇ ਦਿਖਾਓ। ਆਹ ਦੇਖੋ ਉਹਨਾਂ ਦਾ ਦੁੱਧ ਦੁੱਧ ਕਰੋ, ਪਾਣੀ ਦਾ ਪਾਣੀ। ਸਰਕਾਰਾਂ ਹੈਪੀ ਸੀਡਰ ਤੇ ਦੇ ਦਿੰਦੀਆਂ ਨੇ, ਹੈਪੀ ਸੀਡਰ ਦੇਣਗੀਆਂ ਤੇ ਸਬਸਿਡੀ ਵੀ ਦੇਣਗੀਆਂ ਨੇ, ਪਰ ਕਰਜ਼ਾਈ ਕਿਸਾਨ 1-2 ਏਕੜ ਵਾਲਾ ਕਿਸਾਨ ਕਿੱਥੋਂ ਟਰੈਕਟਰ ਲੈ ਕੇ ਹੈਪੀ ਸੀਡਰ ਚਲਾਊ? ਕਿਸੇ ਨੇ ਸੋਚਿਆ ਉਹ ਕਿੱਥੋਂ ਤੇਲ ਪਾਊ ਡੀਜ਼ਲ ਪਾਊ ਜਿਹੜਾ ਪਹਿਲੇ ਹੀ ਕਰਜ਼ਾਈ ਹੈ? ਇਹ ਕਿਸੇ ਨੇ ਸੋਚਿਆ? ਇਸ ਤੋਂ ਚੰਗਾ ਤੇ ਕਿਸਾਨ ਸੋਚਦਾ ਹੈ ਕਿ ਅੱਗੀ ਲਾ ਦਿਓ, ਉਹ ਮਜਬੂਰੀ ਚ ਫੂਕਦਾ ਪਾਣੀ ਮਜਬੂਰੀ ਚ। ਕੇਜਰੀਵਾਲ ਸਾਹਿਬ ਉਹ ਆ ਕੇ ਕਹਿੰਦੇ ਜੀ ਕਿ ਪਰਾਲੀ ਤੋਂ ਅਸੀਂ ਖਾਦ ਬਣਾਵਾਂਗੇ। ਬਿਲਕੁਲ ਬਣਾ ਸਕਦੇ ਮਹਾਰਾਜ, ਬਿਲਕੁਲ ਬਣਾ ਸਕਦੇ। ਉਹਨਾਂ ਨੇ 1-2 ਖੇਤਾਂ ਦੇ ਵਿੱਚ ਜਾ ਕੇ ਉੱਥੇ ਖਾਦ ਦਿੱਤੀ ਵੀ ਹੈ, ਪਰ ਦਿੱਲੀ ਤਾਂ 4 ਖੇਤ ਹੈ, ਕਿਸਾਨੀ ਹੈ ਹੀ ਨਹੀਂ ਉੱਥੇ। ਕਿਹੜੇ ਖੇਤ ਨੇ? ਖੇਤੀ ਹੈ ਹੀ ਬਹੁਤ ਘੱਟ। ਪੰਜਾਬ ਸਰਕਾਰ ਤਾਂ ਅੱਜ ਤੋਂ 2 ਸਾਲ ਪਹਿਲਾਂ ਹੀ ਪਰਾਲੀ ਤੋਂ ਬਾਇਓ CNG, ਬਾਇਓਚਾਰ ਤੇ ਹੋਰ ਬਾਇਓਫਿਊਲ ਬਣਾਉਣ ਦਾ ਉਪਰਾਲਾ ਲੈ ਕੇ ਆਈ ਹੈ। ਉਹਦੇ ਪ੍ਰੋਜੈਕਟ ਵੀ ਪੰਜਾਬ ਦੇ ਵਿੱਚ ਕਈ ਪਿੰਡਾਂ ਵਿੱਚ ਚੱਲ ਰਹੇ ਨੇ, ਪਰ ਉਹ ਪੰਜਾਬ ਦੀ ਪਰਾਲੀ ਦਾ ਸਿਰਫ 5% ਹਿੱਸਾ ਹੈ, ਸਿਰਫ 5% ਹਿੱਸਾ ਪੰਜਾਬ ਦੀ ਪਰਾਲੀ ਦਾ। ਇਹ ਪਰਾਲੀ ਦੇ ਤਾਂ ਹੋਰ ਵੀ ਬੜੇ ਹੱਲ ਹੁੰਦੇ ਨੇ। ਕਿਸਾਨ ਤਾਂ ਪਰਾਲੀ ਦੇ ਫਾਇਦੇ ਨੁਕਸਾਨ ਬਹੁਤ ਚੰਗੀ ਤਰ੍ਹਾਂ ਸਮਝਦੇ ਆ। ਮੈਂ ਸਭ ਸਮਝਦਾ ਵੀ ਕਿਸਾਨਾਂ ਨੂੰ ਪਰਾਲੀ ਦੇ ਫਾਇਦੇ ਨੁਕਸਾਨ ਚੰਗੀ ਤਰ੍ਹਾਂ ਪਤਾ, ਪਰ ਜਿਹੜੇ ਮੇਰੇ ਸ਼ਹਿਰੀ ਭੈਣ ਭਾਈ ਆਏ ਨੇ
ਭਾਸ਼ਾ ਦੇ ਵਿੱਚ ਹੀ ਉਹਨਾਂ ਨੂੰ ਸਮਝਾ ਦੇਣਾ ਹੈ ਕਿ ਰਾਕਟ ਸਾਇੰਸ ਨਹੀਂ, ਹਰ ਪੌਦਾ ਕਾਰਬਨ ਡਾਈਆਕਸਾਈਡ ਖਿੱਚਦਾ ਤੇ ਆਕਸੀਜਨ ਛੱਡਦਾ, ਉਸਦਾ ਸਰੀਰ ਕਾਰਬਨ ਦਾ ਬਣਿਆ ਹੋਇਆ। ਇਸ ਲਈ ਪਰਾਲੀ ਦੀ ਕੋਈ ਵੀ ਖੇਤੀ ਵੇਚ, ਪਰਾਲੀ ਹੋਵੇ ਜਾਂ ਕੋਈ ਵੀ ਖੇਤੀ ਵੇਚ, ਇਹ ਨੈਚੁਰਲ ਕਾਰਬਨ ਦਾ ਸਰੋਤ ਹੈ, ਨੈਚੁਰਲ ਕਾਰਬਨ ਦਾ। ਇਹਦੇ ਤੋਂ ਬਾਇਓਚਾਰ, ਬਾਇਓਗੈਸ, ਬਾਇਓ ਸੀਐਨਜੀ, ਮਨਿਓਰ, ਪਰਾਲੀ ਦੇ ਕਾਰਡਬੋਰਡ, ਉਹ ਪਲੇਟਾਂ ਜਿਹੜੀਆਂ ਰੀਸਾਈਕਲ ਕਰੀਦੀਆਂ ਨੇ ਚਿਮਚੇ, ਅਸੀਂ ਸਭ ਤੋਂ ਬਣਾ ਸਕਦੇ। ਪਰ ਮੁਸ਼ਕਿਲ ਇਹ ਹੈ ਕਿ ਸਰਕਾਰਾਂ ਸਦਾ ਦੇਣ ਨੂੰ ਤਾਂ ਮੂਹਰੇ ਹੁੰਦੀਆਂ ਨੇ, ਪਰ ਕਿਸਾਨ ਨੂੰ ਇਨਸੈਂਟਿਵ ਦੇਣ ਵੇਲੇ, ਕਿਸਾਨ ਦੀ ਬਾਂਹ ਫੜਨ ਵੇਲੇ ਪਿੱਛੇ ਹੋ ਜਾਂਦੀਆਂ। ਮੁਸ਼ਕਿਲ ਸਭ ਤੋਂ ਵੱਡੀ ਇਹ ਹੈ ਵੀਰੋ ਕਿ ਪਰਾਲੀ ਦਾ ਮਸਲਾ ਦੁਸਹਿਰੇ ਤੇ ਸ਼ੁਰੂ ਹੁੰਦਾ, ਦੁਸਹਿਰੀ ਤੇ ਆਰਟੀਕਲ ਵੀ ਲਿਖਣਗੇ, ਫਲਾਨਾ ਹੋਊਗਾ। ਫਿਰ ਜਦੋਂ ਦੀਵਾਲੀ ਦੀਆਂ ਠੰਡੀਆਂ ਹਵਾ ਆਉਂਦੀਆਂ ਨਾ ਪੱਛਮ ਚੋਂ, ਉਦੋਂ ਇਹ ਪਰਾਲੀ ਦਾ ਮਸਲਾ ਘੁੱਟ ਜਾਂਦਾ। ਲੀਡਰ ਵੀ ਮਿੱਟੀ ਪਾ ਦਿੰਦੇ ਆ ਤੇ ਮੀਡੀਆ ਵੀ ਮਿੱਟੀ ਪਾ ਦਿੰਦੇ। ਮੈਂ ਸਤੀ ਠੋਕ ਕੇ ਕਹਿ ਰਿਹਾ ਇਸ ਗੱਲ ਨਾ, ਤੇ ਪੂਰਾ ਸਾਲ ਇਸ ਮਸਲੇ ਦੇ ਹੱਲਾਂ ਦੀ ਚਿੰਤਾ ਹੁੰਦੀ ਹੈ ਨਾ ਚਿੰਤਨ ਹੁੰਦਾ, ਤੇ ਨਾ ਹੀ ਉਹਨਾਂ ਹੱਲਾਂ ਨੂੰ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਜਾਂਦਾ। ਮੈਂ ਅੱਜ ਤੋਂ ਕਈ ਸਾਲ ਪਹਿਲਾਂ ਤੋਂ ਇਸ ਮਸਲੇ ਨੂੰ ਸਮਝਦਾ ਤੇ ਇਸ ਦਾ ਹੱਲ ਵੀ ਸਮਝਦਾ। ਹੁਣ ਉਹਨਾਂ ਹੱਲਾਂ ਨੂੰ ਬੰਦ ਕਮਰਿਆਂ ਦੇ ਵਿੱਚ ਨਹੀਂ ਮੈਂ ਦਿੰਦਾ, ਹੁਣ ਖੁੱਲ੍ਹੇ ਆਮ ਸਾਰੀ ਦੁਨੀਆ ਦੇ ਸਾਹਮਣੇ ਉਹਨਾਂ ਹੱਲਾਂ ਨੂੰ ਦਿੰਦਾ। ਤੇ ਮੇਰੇ ਹੱਲ 99% ਪੰਜਾਬੀਆਂ ਵਾਸਤੇ ਨੇ, ਗਰੀਬ ਵਾਸਤੇ ਨੇ, ਪੂੰਜੀਪਤੀਆਂ ਦੇ ਫਾਇਦੇ ਵਾਸਤੇ ਨਹੀਂ, ਆਮ ਕਿਸਾਨ ਦੇ ਫਾਇਦੇ ਦੇ ਵਾਸਤੇ ਨੇ। ਪਰਾਲੀ ਤੇ ਮੇਰੀ ਮੰਗ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਵਾਸਤੇ ਹਰ 5 ਪਿੰਡਾਂ ਦੇ ਵਿੱਚ ਕੋਲਡ ਸਟੋਰੇਜ ਬਣਾਵੇ ਤੇ ਉਹਨਾਂ ਕੋਲਡ ਸਟੋਰੇਜਾਂ ਦੇ ਵਾਸਤੇ ਬਿਜਲੀ ਪਰਾਲੀ ਤੋਂ ਬਣਾਈ ਜਾਵੇ। ਪਰਾਲੀ ਤੋਂ ਬਿਜਲੀ ਬਣਾਉਣ ਦੀ ਟੈਕਨੋਲੋਜੀ ਪਹਿਲਾਂ ਤੋਂ ਹੀ ਮੌਜੂਦ ਹੈ। ਇਹ ਕੋਲਡ ਸਟੋਰੇਜ ਰਿਨਿਊਬਲ ਐਨਰਜੀ ਤੇ ਵੀ ਚੱਲਣਗੇ, ਬਾਇਓਚਾਰ, ਬਾਇਓ ਸੀਐਨਜੀ, ਮਨਿਓਰ। ਪਰਾਲੀ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਖੁਦਮੁਖਤਿਆਰ ਵੀ ਬਣਾ ਸਕਦੀ ਹੈ ਤੇ ਅੱਜ ਕਿਸਾਨ ਕੋਲ ਇੱਕ ਦਿਨ ਦੀ ਫਸਲ ਰੱਖਣ ਦੀ ਖਮਤਾ ਨਹੀਂ ਹੈ, ਉਹਦੇ ਕੋਲ ਇੱਕ ਦਿਨ ਵੀ ਫਸਲ ਰੱਖਣ ਦੀ ਸਟੋਰੇਜ ਨਹੀਂ ਹੈ। ਤੇ ਅਡਾਨੀ ਸਾਹਿਬ ਹਿਮਾਚਲ ਦੇ ਸੇਬ ਲੈ ਕੇ ਕੋਲਡ ਸਟੋਰੇਜਾਂ ਦੇ ਵਿੱਚ ਰੱਖ ਕੇ 4-4 ਗੁਣਾ, 3-3 ਗੁਣਾ ਦੇ ਉੱਤੇ ਵੇਚਦੇ, ਜਾਂ ਪਤਾ ਕਰ ਲਓ ਹਿਮਾਚਲ ਦਾ ਸਾਰਾ ਫਿਰ ਖਰੀਦਦੇ ਸੇਬ ਉਹਦੇ ਵਿੱਚ ਰੱਖ ਲੈਂਦੇ ਆ। ਤੇ ਗਰੀਬ ਕਿਸਾਨ ਦੇ ਕੋਲ ਇੱਕ ਦਿਨ ਵੀ ਆਪਣਾ ਝੋਨਾ ਰੱਖਣ ਨੂੰ ਕੋਈ ਥਾਂ ਨਹੀਂ ਹੈ, ਉਹਨੂੰ ਜਿਹੜਾ ਰੇਟ ਕੋਈ ਦਿੰਦਾ ਉਹ ਕਹਿੰਦਾ ਕਿਤੇ ਮੀਂਹ ਨਾ ਵਾਜੇ ਮੇਰਾ ਝੋਨਾ ਗਿੱਲਾ ਹੋਊਗਾ, ਫਰਕ ਨਹੀਂ ਦੇ। ਇਹ ਮੁਸੀਬਤਾਂ ਨੇ ਪੰਜਾਬ ਦੇ ਕਿਸਾਨ ਦੀਆਂ, ਜੇ ਕਿਸੇ ਨੇ ਇਹ ਮੁਸੀਬਤਾਂ ਦੇ ਉੱਤੇ ਗੌਰ ਕੀਤੀ ਹੁੰਦੀ ਤੇ ਅੱਜ ਸਾਡਾ ਇਹ ਹਾਲ ਨਾ ਹੁੰਦਾ। ਜੇ ਪੰਜਾਬ ਸਰਕਾਰ ਪੰਜਾਬ ਦੇ ਪਿੰਡਾਂ ਵਿੱਚ ਕੋਲਡ ਸਟੋਰੇਜ ਬਣਾ ਕੇ ਕਿਸਾਨ ਨੂੰ ਦੇਵੇ, ਉਸ ਨਾਲ ਕਿਸਾਨ ਦੀ ਆਮਦਨ ਵੀ ਵਧੂ, ਕਿਸਾਨ ਦੀ ਪਰਾਲੀ ਫੂਕਣ ਦੀ ਮੁਸ਼ਕਿਲ ਦਾ ਵੀ ਤੇ ਪੋਲਿਊਸ਼ਨ ਦਾ ਵੀ ਪੂਰਾ ਪੂਰਾ ਹੱਲ ਹੋਣਾ। ਅੱਜ ਪੰਜਾਬ ਦਾ ਕਿਸਾਨ ਰੋਜ਼ ਰੋਜ਼ ਕਿਉਂਕਿ ਉਹਦੀ ਵੱਧ ਨਹੀਂ ਲਾਗਤ, ਉਹਦੀ ਘੱਟ ਤੇਲ ਦੇ ਖਰਚੇ, ਪੈਸਟੀਸਾਈਡ ਦੇ ਖਰਚੇ, ਤੇ ਅੱਜ ਉਹਦੀ ਜਿਹੜੀ ਸ਼ੋਅ ਨਿਗਮ ਸੀ ਉਹਦੀ MSP ਸੀ ਉਹਨੂੰ ਖੋਣ ਦਾ ਡਰ, ਇਸ ਕਰਕੇ ਧਰਨੇ ਲਾਉਂਦਾ ਮਜ਼ਬੂਰੀ ਦੇ ਵਿੱਚ ਵੀ
ਫਸਲਾਂ ਦੇ ਉੱਤੇ ਸਿਰਫ ਝੋਨੇ ਦੇ ਨੇ ਤੇ ਦਿੰਦੇ ਸਿਰਫ ਕਣਕ ਦੇ ਨੇ। ਮੱਕੀ ਵੀ 1850 ਹੈ, 600 ਚ ਚੱਕੀ ਹੈ ਮੱਕੀ, 800 ਚ ਚੱਕੀ ਹੈ। ਗੰਨੇ ਵਾਲੇ ਰੋਂਦੇ ਫਿਰਦੇ ਆ, ਕਹਿੰਦੇ ਨਾ ਡੇਟ ਹੈ ਤੇ ਨਾ ਹੀ ਕੋਈ ਰੇਟ ਹੈ। ਧੂਰੀ ਮਾਲ ਵਾਲੇ ਗਿਆ ਸੀ ਉੱਥੇ ਭਾਈ, ਕਿਸਾਨ ਸਿਰਫ ਕਿਉਂ ਫਸਲਾਂ ਤੋਂ ਲਾਉਂਦਾ? ਕਿਉਂਕਿ ਉਹਨੇ ਤੇ ਸਰਕਾਰੀ ਖਰੀਦ ਹੈ, ਝੋਨੇ ਤੇ ਹੈ। ਤੇ ਜਿਹੜੇ ਕੇਂਦਰ ਵਾਲੇ ਕਹਿੰਦੇ ਨੇ ਵਨ ਨੇਸ਼ਨ ਵਨ ਮਾਰਕੀਟ, ਇਹਦੇ ਕੱਲਾ APMC ਦੀਆਂ ਮੰਡੀਆਂ ਹੀ ਨੇ ਵਨ ਨੇਸ਼ਨ ਵਨ ਮਾਰਕੀਟ, ਕਿਉਂਕਿ ਉੱਥੇ ਰੇਟ ਵੀ ਇੱਕ ਹੈ ਤੇ ਸਰਕਾਰੀ ਖਰੀਦ ਵੀ ਹੁੰਦੀ ਹੈ। ਮਿੰਟ 10-15 ਲਾਉ ਟਿਕਾ ਕੇ ਸੁਣਿਓ, ਦੇਖੋ ਸਾਰੇ ਕਬਾਟ ਖੋਲ ਦੂੰ, ਹੱਲ ਦੇ ਕੇ ਜਾਓ ਸਾਰੇ। ਅੱਜ ਡਰ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਕੇਂਦਰ ਸਰਕਾਰ ਇਹ PDS ਸਿਸਟਮ ਬੰਦ ਕਰੂ, ਉਹ ਕਹੂਗੀ ਗਰੀਬ ਨੂੰ ਅਨਾਜ ਦੇਣ ਦੀ ਬਜਾਏ ਇਸਦਾ ਪੈਸੇ ਪਾਵਾਂਗੇ। ਉਹ PDS ਸਿਸਟਮ ਪੂਰੀ ਤਰ੍ਹਾਂ ਬੰਦ ਕਰਨ ਦੀ ਤਿਆਰੀ ਦੇ ਵਿੱਚ ਨੇ। ਜਿਹੜੀ FCI ਹੈ, 5-6 ਲੱਖ ਕਰੋੜ ਦੇ ਕਰਜ਼ਾ ਲਾਉਣ ਦੀ ਜਗ੍ਹਾ ਕੇਂਦਰ ਸਰਕਾਰ ਡਾਇਰੈਕਟ ਗਰੀਬ ਨੂੰ ਕੈਸ਼ ਟ੍ਰਾਂਸਫਰ ਕਰੂ। ਹੁਣ ਸਵਾਲ ਇਹ ਹੈ ਕਿ ਬਿਨਾਂ PDS ਤੋਂ, ਬਿਨਾਂ ਕੇਂਦਰ ਦੀ ਸਰਕਾਰ ਦੀ ਖਰੀਦ ਤੋਂ, ਕੀ ਪੰਜਾਬ ਨੂੰ ਚੀਰੀ ਲਾਉਣ ਦੀ ਲੋੜ ਹੈ? ਕੀ ਪੰਜਾਬ ਨੂੰ ਝੋਨਾ ਲਾਉਣ ਦੀ ਲੋੜ ਹੈ? ਕੀ ਆਪਾਂ ਇੰਨਾ ਚੌਲ ਖਾਂਦੇ ਹਾਂ? ਫਿਰ ਉਗਾਈਏ ਕਿਉਂ? ਪੰਜਾਬ ਵਿੱਚ ਤਾਂ ਫਰਟੀਲਾਈਜ਼ਰ ਤੇ ਫਰਟੀਲਾਈਜ਼ਰ ਪਾ, ਪੈਸਟੀਸਾਈਡ ਤੇ ਪੈਸਟੀਸਾਈਡ ਪਾ, ਕਰਜ਼ੇ ਤੇ ਕਰਜ਼ਾ ਲੈ, ਡੂੰਘੇ ਤੋਂ ਡੂੰਘਾ ਟਿਊਬ ਲਾ, ਫੇਰ ਝੋਨਾ ਲਾਉਣੇ। ਪਰ ਜੇ ਕੇਂਦਰ ਸਾਡੀ ਬਾਂਹ, ਸਾਡੇ ਪਿੱਛੋਂ ਬਾਂਹ ਹੀ ਰੱਖੂ ਤੇ ਬਾਂਹ ਹੀ ਚੱਕ ਲੂ ਸਾਡੇ ਤੋਂ ਤੇ ਖਰੀਦ ਨਹੀਂ ਕਰੋ ਤੇ ਫੇਰ ਇਹ ਸਭ ਕੁਛ ਕਰਨ ਦੀ ਲੋੜ ਹੈ? ਅੱਜ ਪੰਜਾਬ 1 ਕਿਲੋ ਜੀਰੀ ਲਾਉਂਦਾ ਤੇ 5,377 ਲੀਟਰ ਪਾਣੀ ਲੱਗਦਾ, 5,377, 14 ਬਿਲੀਅਨ 1,400 ਕਰੋੜ ਕਿਊਬਿਕ ਮੀਟਰ ਪਾਣੀ ਸਾਡੀ ਜ਼ਰੂਰਤ ਤੋਂ ਜ਼ਿਆਦਾ ਅਸੀਂ ਸਸਟੇਨੇਬਲ ਲਿਮਿਟ ਤੋਂ ਵੱਧ ਕੱਢ ਰਹੇ ਹਾਂ। ਜਿੰਨਾ SYL ਦਾ ਨੁਕਸਾਨ ਹੋਣ ਤੇ, ਪਾਣੀ ਦਾ ਨੁਕਸਾਨ ਹੋਣ ਦਾ ਖਤਰਾ ਨਾ, ਉਹਨਾਂ ਵੱਧ ਅਸੀਂ ਪਾਣੀ ਬਾਹਰ ਭੇਜ ਰਹੇ ਹਾਂ। ਅਸੀਂ ਝੋਨਾ ਥੋੜ੍ਹਾ ਨਾ ਬਾਹਰ ਭੇਜਦੇ ਹਾਂ, ਅਸੀਂ ਤਾਂ ਪਾਣੀ ਐਕਸਪੋਰਟ ਕਰਦੇ ਹਾਂ ਬਾਹਰ। ਇਹ ਕਹਿੰਦੇ ਸੋਚਿਆ ਪੰਜਾਬ ਦੇ ਕਿਸਾਨਾਂ ਨੇ ਢਿੱਡ ਤਾਂ ਭਰਿਆ ਹੀ ਹੈ, ਪਰ ਉਹ ਆਰਥਿਕ ਤੌਰ ਦੇ ਉੱਤੇ ਕੇਂਦਰ ਦੇ ਉੱਤੇ ਨਿਰਭਰ ਹੋ ਗਏ ਨੇ। ਤੇ ਗੁਰੂ ਵੀ ਰਾਹ, ਪਰਮ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੰਤ ਉਹਦੇ ਤੋਂ ਭਟਕ ਗਏ ਨੇ। ਕੀ ਖੁਦ ਮੁਖਤਿਆਰੀ ਤੋਂ ਕੋਈ ਹੋਰ ਰਾਹ ਨਹੀਂ? ਕੀ ਕੇਂਦਰ ਕੋਲੋਂ ਮੰਗਣਾ ਜ਼ਰੂਰੀ ਹੈ ਕਿ ਦੇਸ਼ ਦੇ 80 ਕਰੋੜ ਗਰੀਬਾਂ ਦਾ ਢਿੱਡ ਭਰਨ ਵਾਲਾ ਪੰਜਾਬ ਆਪਣਾ ਰਾਹ ਨਹੀਂ ਦੇਖ ਸਕਦਾ? ਕਿ ਪੰਜਾਬ ਸਰਕਾਰ ਕਿਸਾਨ ਦੀ ਕੋਈ ਮਦਦ ਨਹੀਂ ਕਰ ਸਕਦੀ? ਬਿਲਕੁਲ ਕਰ ਸਕਦੀ ਹੈ ਸਾਹਿਬ, ਮੈਂ ਦੱਸਦਾ ਕਿੱਦਾਂ, ਸਮਝਾਉਣਾ ਤੁਹਾਨੂੰ। ਮੇਰਾ ਪਹਿਲਾ ਨਾਰਾ ਹੈ ਕਿ ਦੇਸੀ ਲਾਓ ਤੇ ਦੇਸੀ ਖਾਓ। ਇਹ ਪਹਿਲਾ ਨਾਰਾ ਮੇਰਾ, ਦੇਸੀ ਲਾਓ ਤੇ ਦੇਸੀ ਖਾਓ। ਕਿ ਆਪਾਂ ਜੋ ਖਾਂਦੇ ਹਾਂ ਉਹ ਇੱਥੇ ਉਗਾਉਂਦੇ ਹਾਂ? ਜੇ ਪੰਜਾਬ ਆਪਣੀ 3 ਕਰੋੜ ਦੀ ਆਬਾਦੀ ਵਾਸਤੇ ਡਾਇਵਰਸੀਫਾਈਡ ਔਰਗੈਨਿਕ ਪਾਣੀ ਬਚਾਓ ਖੇਤੀ ਦੇ ਨਾਲ ਅੰਨ ਉਗਾਵੇ, ਕਣਕ ਤੇ ਹੈ ਹੀ, ਉਸ ਦੇ ਨਾਲ ਜੀਰੀ ਦੀ ਜਗ੍ਹਾ ਦਾਲਾਂ ਲਾਈਏ, ਆਇਲ ਸੀਡ ਲਾਈਏ, ਸਬਜ਼ੀਆਂ ਲਾਈਏ, ਫਰੂਟ ਲਾਈਏ,
ਕੱਲੇ ਸ਼ੂਗਰ ਮਿਲ ਦੀ ਕਤਾਰ ਦੇ ਵਿੱਚ ਖੜੇ ਹੋਣ ਦੀ ਜਗ੍ਹਾ ਗੰਨੇ ਤੋਂ ਆਰਗੈਨਿਕ ਫੂਡ ਬਣਾਈਏ, ਨਾਲੇ ਪੰਜਾਬ ਖਾਵੇ ਤੇ ਨਾਲੇ ਐਕਸਪੋਰਟ ਕਰੀਏ। ਜੇ ਕੇਂਦਰ ਦੇ ਕਾਨੂੰਨ ਲਾਗੂ ਹੋ ਗਏ ਤੇ ਇਸ ਨੂੰ ਕਰਨ ਵਾਸਤੇ ਸਾਡੇ ਕੋਲ ਘੱਟ ਤੋਂ ਘੱਟ ਇਹਦੇ ਖਿਲਾਫ ਲੜਨ ਵਾਸਤੇ ਸਾਡੇ ਕੋਲ ਘੱਟ ਤੋਂ ਘੱਟ ਇੱਕ ਸਾਲ ਹੈ ਤੇ ਵੱਧ ਤੋਂ ਵੱਧ 3 ਸਾਲ ਹੈ। ਇਹ ਯਾਦ ਰੱਖਿਓ ਕਿ ਜੇ ਫਸਲ ਖਰੀਦਣੀ ਬੰਦ ਕਰਨਗੇ, ਕਿਉਂਕਿ ਹੁਣ ਤੇ ਗੋਦਾਮਾਂ ਦੇ ਵਿੱਚ ਇਹਨਾਂ ਕੋਲ ਅਨਾਜ ਨਹੀਂ, ਤੇ ਸਾਡੇ ਕੋਲ ਤਿਆਰੀ ਦੇ ਲਈ ਘੱਟ ਤੋਂ ਘੱਟ 1 ਸਾਲ ਹੈ ਤੇ ਵੱਧ ਤੋਂ ਵੱਧ 3 ਸਾਲ। ਅੱਜ ਪੰਜਾਬ ਖਾਦ, ਓਇਲ ਸੀਡ, ਸਬਜ਼ੀਆਂ ਆਪਣਾ ਖੁਦ ਇੰਪੋਰਟ ਕਰਕੇ ਖਾਂਦੇ ਆ, ਦਾਲਾਂ ਵੱਧ ਹੋਣਗੀਆਂ ਨੇ, ਸੈਂਕੜੇ ਕਰੋੜਾਂ ਦੀਆਂ ਦਾਲਾਂ ਅੱਜ ਅਸੀਂ ਬਾਹਰੋਂ ਇੰਪੋਰਟ ਕਰ ਰਹੇ ਹਾਂ ਆਟਾ ਦਾਲ ਸਕੀਮ ਦੇ ਵਾਸਤੇ ਵੀ, ਦਾਲਾਂ ਬਾਹਰੋਂ ਆ ਰਹੀਆਂ ਨੇ ਆਪਾਂ ਬਾਹਰੋਂ ਮੰਗਾਉਂਦੇ ਹਾਂ। ਦੇਸ਼ ਭਰ ਵਿੱਚ ਵੱਧ ਰਹੀ ਸ਼ਹਿਰੀ ਇਨਕਮ ਤੇ ਅੰਨ ਦੀ ਡਿਮਾਂਡ ਦੇ ਬਦਲਾਵ ਨੇ ਹੁਣ ਪ੍ਰੋਟੀਨ ਰਿਚ ਆਰਗੈਨਿਕ ਅਨਾਜ ਕਣਕ ਜੀਰੀ ਨੂੰ ਛੱਡ ਕੇ ਦੂਸਰੇ ਅੰਨਾਂ ਦੀ ਡਿਮਾਂਡ ਹੈ, ਪਰ ਇਸ ਰਾਹ ਵੱਲ ਤੇ ਸਾਨੂੰ ਕਿਸੇ ਨੇ ਤੋਰਿਆ ਹੀ, ਸਾਨੂੰ ਕਿਸੇ ਨੇ ਤੋਰਿਆ। ਕਹਿੰਦੇ ਨੇ ਇਹ ਕਰਨਾ ਬਹੁਤ ਹੀ ਮੁਸ਼ਕਿਲ ਹੈ ਜੀ, ਇਹ ਕਰਨਾ ਤੇ ਬਹੁਤ ਹੀ ਮੁਸ਼ਕਿਲ ਹੈ, ਨਾ ਤੇ ਇਹਨਾਂ ਦੇ MSP ਹੈ, ਨਾ ਹੀ ਕੋਈ ਸਰਕਾਰੀ ਖਰੀਦ ਹੈ, ਨਾ ਤੇ ਚੰਗੇ ਬੀਜ ਮਿਲਦੇ ਹੈ ਤੇ ਨਾ ਹੀ ਕਿਸਾਨ ਨੂੰ ਬਿਜਾਈ ਤੇ ਵੇਚਣ ਵਿੱਚ ਕੋਈ ਮਦਦ। ਕਦੇ ਕਿਸਾਨ ਦੀ ਫਸਲ ਨੂੰ ਫਰਟੀਲਾਈਜ਼ਰ ਪੈਸਟੀਸਾਈਡ ਦੀ ਘਾਟ ਮਾਰਦੀ ਹੈ ਤੇ ਕਦੇ ਖਰੀਦਦਾਰ ਨਹੀਂ ਮਿਲਦਾ। ਇਸ ਸਮੱਸਿਆ ਦਾ ਹੱਲ ਤੇ ਹੁਣ ਸੈਂਟਰ ਕੋਲ ਤੇ ਹੈ, ਤੇ ਕਦ ਤੱਕ ਸੈਂਟਰ ਦਾ ਮੂੰਹ ਦੇਖੀ ਜਾਵਾਂਗੇ, ਕਦ ਤੱਕ ਲਿਬੜੀਆਂ ਕੱਢੀ ਜਾਵਾਂਗੇ। ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਉਹ ਕਹਿੰਦੇ ਆਪਣ ਹੱਥੀ ਆਪਣਾ ਆਪੇ ਹੀ ਕਾਰ ਸੰਭਾਲ, ਤੇ ਸੰਭਾਲ ਸਕਦੇ ਹਾਂ। ਅੱਜ ਪੰਜਾਬ ਦਾ ਹਰ ਕਿਸਾਨ, ਕਿਸਾਨ ਯੂਨੀਅਨ, ਕਿਸਾਨ ਤੇ ਕਿਸਾਨ ਯੂਨੀਅਨ, ਪੰਜਾਬ ਦੀ ਹਰ ਪਾਰਟੀ ਤੇ ਹਰ ਪੰਜਾਬੀ ਇੱਕ ਹੋ ਕੇ ਕਿਸਾਨਾਂ ਦੇ ਨਾਲ ਖੜਾ, ਤੇ ਅੱਜ ਤੋਂ ਬਿਹਤਰ ਇਸ ਖੁਦਮੁਖਤਿਆਰੀ ਦੀ ਰਾਹ ਤੇ ਚੱਲਣ ਦਾ ਕੋਈ ਅਵਸਰ ਨਹੀਂ ਆ ਸਕਦਾ। ਸਾਵਣ ਦਾ ਚੁੱਕਿਆ ਕਿਸਾਨ ਤੇ ਵਕਤ ਦਾ ਚੁੱਕਿਆ ਇਨਸਾਨ ਹਮੇਸ਼ਾ ਪਛਤਾਉਂਦਾ। 1 ਤੋਂ 3 ਸਾਲ ਪੰਜਾਬ ਦੀ ਕਿਸਾਨੀ ਆਪਣੇ ਆਪ ਤੇ ਯਕੀਨ ਕਰੇ, ਆਪਣੀ ਤਾਕਤ ਤੇ ਯਕੀਨ ਕਰੇ। ਅਮਰੀਕਾ ਵਸਾਉਣ ਵਾਲੀ ਕਿਸਾਨੀ, ਕੈਨੇਡਾ ਵਸਾਉਣ ਵਾਲੀ ਕਿਸਾਨੀ ਉਹ ਹੱਲ ਦੇ ਸਕਦੀ ਹੈ। ਪੰਜਾਬ ਦੀ ਕਿਸਾਨੀ ਦਾ ਅਸਲ ਹੱਲ ਸਾਨੂੰ ਪੰਜਾਬ ਦੇ ਵਿੱਚੋਂ ਹੀ ਕੱਢਣਾ ਪੈਣਾ। ਕੇਂਦਰ ਵੱਲ ਦੇਖ ਕੇ ਕੁਛ ਨਹੀਂ ਹੋਣਾ। ਮੁੜ ਸਵਾਲ ਸਾਡੇ ਉੱਤੇ ਹੀ ਆਉਂਦੇ ਆ ਕਿ ਅਸੀਂ ਕੀ ਕਰਦੇ ਹਾਂ। ਮੈਨੂੰ ਪੂਰਾ ਯਕੀਨ ਹੈ ਕਿ ਜੇ ਅੱਜ ਕੇਂਦਰ ਨੇ ਸਟੇਟ ਦੀ, ਪੰਜਾਬ ਦੀ ਤਾਕਤ ਹਥਿਆ ਲਈ ਹੈ ਤੇ ਅਸੀਂ ਸਟੇਟ ਦੀ ਸਰਕਾਰ ਕਿਸਾਨ ਯੂਨੀਅਨਾਂ ਨਾਲ ਰਲ ਕੇ ਉਹ ਤਾਕਤ ਵਾਪਸ ਖੋ ਸਕਦੇ ਹਾਂ। ਇਹ ਮੇਰਾ ਯਕੀਨ ਹੈ, ਮੈਂ ਮੰਨਦਾ ਇਸ ਗੱਲ ਨੂੰ। ਅੱਜ ਲੋੜ ਹੈ ਕਿ ਆਪਾਂ ਪੰਜਾਬ ਦੀ ਬਦਹਾਲੀ ਤੋਂ ਖੁਸ਼ਹਾਲੀ ਵੱਲ ਦੀ ਰਾਹ ਕਿਸਾਨੀ ਦੇ ਲਈ ਉਲੀਕੀਏ ਕਿ ਆਪਣੀ ਬਾਹਰ ਜਾ ਰਹੀ ਜਵਾਨੀ, ਬਾਹਰ ਜਾ ਰਹੀ ਜਨਰੇਸ਼ਨ ਵਾਪਸ ਆ ਕੇ ਇਸ ਕਿਸਾਨੀ ਨੂੰ ਅਪਣਾਵੇ। ਰਿਗਵੇਦੋਂ ਤੋਂ ਚੱਲਦੀ ਹੈ ਸਾਡੀ ਕਿਸਾਨੀ। ਅੱਜ ਪੂੰਜੀਪਤੀ ਪੰਜਾਬ ਦੇ ਕਿਸਾਨ ਨੂੰ, ਪੰਜਾਬ ਦੇ ਖੇਤਾਂ ਨੂੰ ਧਨ ਦੌਲਤ ਵਾਂਗ ਦੇਖ ਰਹੇ ਹੈ ਤੇ ਸਾਨੂੰ ਇਸ ਕਰਜ਼ਾਈ ਖੇਤੀ ਦੇ ਮਾਡਲ ਵਿੱਚ ਫਸਾਇਆ ਜਾ ਰਿਹਾ। ਦਲਦਲ ਹੈ, ਜਿੰਨਾ ਫਸਾਂਗੇ ਉਨਾ ਡੂੰਘੇ ਜਾਵਾਂਗੇ, ਜਿੰਨਾ ਨਿਕਲਣ ਦੀ ਕੋਸ਼ਿਸ਼ ਕਰਾਂਗੇ ਉਨਾ ਹੀ ਬਾਹਰ ਨਹੀਂ ਨਿਕਲਿਆ ਜਾਣਾ। ਕੇਂਦਰ ਦੇ ਲਿਆਂਦੇ ਇਸ ਕੰਟਰੈਕਟ ਫਾਰਮਿੰਗ ਮਾਡਲ ਨੂੰ ਹਰਾਉਣ ਵਾਸਤੇ ਤੁਹਾਡੇ ਸਾਹਮਣੇ ਪੰਜਾਬ ਸਮਾਲ ਫਾਰਮਰ, ਛੋਟਾ
ਕਲਚਰ ਸਟੇਟ ਲਿਸਟ ਦਾ ਮੁੱਦਾ ਹੈ। ਪੰਜਾਬ ਸਰਕਾਰ ਖੇਤੀ ਨੂੰ ਲੈ ਕੇ ਕੋਈ ਵੀ ਪਾਲਿਸੀ ਕੋਈ ਵੀ ਕਾਨੂੰਨ ਬਣਾ ਸਕਦੀ ਹੈ, ਆਪਣਾ ਹੱਥੀ ਆਪਣਾ ਆਪੇ ਹੀ ਕਾਰਜ ਸਵਾਰ ਸਕਦੀ ਕਾਨੂੰਨ ਬਣਾ ਕੇ ਪਾਲਿਸੀ ਬਣਾ ਕੇ। ਅੱਜ ਕੇਂਦਰ ਸਰਕਾਰ ਸਾਨੂੰ ਗੁਲਾਮ ਬਣਾਉਣ ਲਈ ਕੀ ਗੁਲਾਮ ਬਣਨਾ ਚਾਹੁੰਦੇ? ਪੂੰਜੀਪਤੀਆਂ ਦੇ ਹੱਥ ਦੇ ਵਿੱਚ ਗਿਰਵੀ ਰੱਖ ਰਹੀ ਹੈ, ਸਾਨੂੰ ਲੁੱਟਣ ਦੀ ਪੂਰੀ ਆਜ਼ਾਦੀ ਦੇ ਰਹੀ ਹੈ ਅੰਬਾਨੀਆਂ ਦੇ ਡਾਨੀਆਂ ਨੂੰ। ਤੇ ਮੈਂ ਕਹਿੰਦਾ ਕਿ ਪੰਜਾਬ ਦਾ ਹਰ ਛੋਟਾ ਕਿਸਾਨ ਖੁਦ ਮੁਖਤਿਆਰ ਹੋ ਕੇ ਆਪਣੇ ਪੈਰਾਂ ਦੇ ਉੱਤੇ ਆਪ ਖੜਾ। ਇਹ ਲੜਾਈ ਹੈ ਸਾਡੀ, ਅਸੀਂ ਕਰ ਸਕਦੇ ਹਾਂ। ਯੂ ਵਾਂਟ ਟੂ ਬੀ ਬਿਲੀਵਰ ਟੂ ਬੀ ਐਨ ਅਚੀਵਰ। ਆਤਮ ਵਿਸ਼ਵਾਸ ਹੋਣਾ ਚਾਹੀਦਾ, ਆਪਣਾ ਨਾਲ ਸੰਪਰਕ ਜਿਹੜਾ ਟੁੱਟਦਾ ਆਪਦੇ ਅੰਦਰੋਂ ਤੇ ਸੰਦੇਹ ਪੈਦਾ ਹੁੰਦਾ, ਸੰਦੇਹ ਦੇ ਉੱਤੇ ਆਤਮ ਵਿਸ਼ਵਾਸ ਪਿਘਲ ਜਾਂਦਾ। ਕਸਤੂਰੀ ਦਾ ਮਿਰਗ ਹੁੰਦਾ ਜੰਗਲਾਂ 'ਚ ਭਟਕਦਾ, ਉਸ ਖੁਸ਼ਬੂ ਨੂੰ ਲੱਭਣ ਜਿਹੜੀ ਉਹਦੀ ਆਪਦੀ ਨੱਭ ਚੋਂ ਆਉਂਦੀ ਹੈ। ਅਸੀਂ ਆਪਣੇ ਆਪ ਕਰ ਸਕਦੇ ਹਾਂ। ਅੱਜ ਪੰਜਾਬ ਦੇ ਪਿੰਡਾਂ ਵਿੱਚ ਮੈਨੂੰ ਕੋਈ ਦੱਸ ਦੇਵੇ ਵੀ ਪੰਚਾਇਤ ਤੋਂ ਇਲਾਵਾ ਕੋਈ ਹੋਰ ਸੰਗਠਨ ਕਿਸਾਨ ਦੀ ਆਵਾਜ਼ ਬੁਲੰਦ ਕਰਦਾ, ਮੈਨੂੰ ਕੋਈ ਦੱਸ। ਇਸ ਲਈ ਮੈਂ ਅਰਜ਼ ਕਰਦਾ ਹਾਂ ਕਿ ਕਿਸਾਨ ਯੂਨੀਅਨ ਪਹਿਲ ਕਰਨ, ਹਰ ਛੋਟੇ ਤੋਂ ਛੋਟੇ ਕਿਸਾਨ ਦਾ ਹੱਕ ਆਪਾਂ ਕੋਆਪਰੇਟਿਵ ਬਣਾ ਕੇ ਉਹਨਾਂ ਨੂੰ ਭਾਗੀਦਾਰ ਬਣਾ ਕੇ ਬਚਾ ਸਕਦੇ ਹਾਂ। ਇੱਕ ਕਾਨੂੰਨੀ ਇਕਾਈ ਨੂੰ ਵੱਡੇ ਵੱਡੇ ਵਕੀਲ ਨੇ ਕਿੱਥੇ ਲੜੂਗਾ 2 ਏਕੜ ਵਾਲਾ ਕਿਸਾਨ? ਕਿਤੇ ਈਸਟ ਇੰਡੀਆ ਕੰਪਨੀ ਅੰਗਰੇਜ਼ਾਂ ਵਾਂਗ ਵੰਡ ਵੰਡ ਕੇ 2 ਏਕੜ ਵਾਲੇ ਨੂੰ ਅੱਧ ਰੇਟ ਤੇ 10 ਏਕੜ ਵਾਲੇ ਨੂੰ ਅੱਧ ਰੇਟ ਕਿਤੇ ਆਹ ਕਰਨਗੇ? ਅਸੀਂ ਇੱਕ ਕਾਨੂੰਨੀ ਇਕਾਈ ਬਣਾਈਏ, ਸਿੰਗਲ ਲੀਗਲ ਐਂਟੀਟੀ ਬਣਾ ਕੇ, ਕੋਆਪਰੇਟਿਵ ਬਣਾ ਕੇ, ਜਿਸ ਵਿੱਚ ਬੀਜਣ ਦਾ ਤੇ ਵੇਚਣ ਦਾ ਦੋਨਾਂ ਦਾ ਮੁਨਾਫਾ ਕਿਸਾਨ ਕਮਾ ਸਕਦਾ। ਇਹ ਕੋਆਪਰੇਟਿਵਾਂ ਦੀ ਜਿਹੜੀ ਸਫਲਤਾ ਹੈ, ਇਹ ਛੋਟੇ ਕਿਸਾਨ ਦੀ ਸਫਲਤਾ ਹੈ, ਇਹ ਸਾਡੀ 90% ਕਿਸਾਨੀ ਦੀ ਸਫਲਤਾ ਹੈ। ਤੇ ਕੇਂਦਰ ਦੇ ਲਾਗੂ ਕੀਤੇ ਕੰਟਰੈਕਟ ਫਾਰਮਿੰਗ ਦੀ ਸਫਲਤਾ ਮਤਲਬ 1-2 ਪੂੰਜੀਪਤੀਆਂ ਅੰਬਾਨੀ ਤੇ ਅਡਾਨੀ ਜਿਹੜੇ ਕਠਪੁਤਲੀ ਬਣਾ ਕੇ ਸਰਕਾਰਾਂ ਨੂੰ ਨਚਾਉਂਦੇ ਆ, ਜਿਹੜੇ ਨੀਤੀਆਂ ਉਹਨਾਂ ਤੋਂ ਆਪ ਬਣਾਉਂਦੇ ਆ ਤੇ ਗਾਂ ਵੀ ਗਾਵਦੇ ਆ, ਨਾਚ ਮੇਰੀ ਬੁਲਬੁਲ ਅੱਗੇ ਪਤਾ ਨਾ ਕੀ ਹੈ ਨਾ, ਨਾਚ ਮੇਰੀ ਬੁਲਬੁਲ ਨਚਾਉਂਦੇ ਆ, ਨੀਤੀਆਂ ਇਹ ਬਣਾਉਂਦੇ, 5-5 ਲੱਖ ਕਰੋੜ ਦੇ ਫਾਇਦੇ ਲੈਂਦੇ ਆ, ਬੈਂਕ ਲੁੱਟਦੇ ਆ 18-18 ਲੱਖ ਕਰੋੜ ਰੁਪਈਆ। ਤੇ ਜਦੋਂ ਕਿਸਾਨ ਨੂੰ 4 ਪੈਸੇ ਦੇਣੇ ਹੁੰਦੇ ਕਹਿੰਦੇ ਸਬਸਿਡੀ, ਤੇ ਜਦੋਂ ਇਹਨਾਂ ਨੂੰ ਉਹ ਲੁੱਟ ਛੱਡਣੀ ਹੁੰਦੀ ਹੈ ਤੇ ਕਹਿੰਦੇ ਇਨਸੈਂਟਿਵ। ਵਾਹ ਤੇਰੇ ਇਹ ਇਹਨਾਂ ਦੀਆਂ ਪਾਲਿਸੀਆਂ ਨੇ ਤੇ ਇਹ ਰਾਹ, ਜੇ ਸਫਲਤਾ ਦੀ ਅਸੀਂ ਉਲੀਕੀ, ਇਹ ਰਾਹ ਸਾਨੂੰ ਉਸ ਖੇਤੀ ਵੱਲ ਲੈ ਕੇ ਜਾਂਦੀ ਹੈ ਜਿੱਥੇ ਹਰ ਛੋਟੇ ਕਿਸਾਨ ਨੂੰ ਪੂੰਜੀਪਤੀਆਂ ਤੋਂ ਬਚਾਇਆ ਵੀ ਜਾ ਸਕਦਾ ਹੈ ਤੇ ਐਗਰੋ ਇਕੋਲੋਜੀ ਨੂੰ ਵੀ ਬਚਾਇਆ ਜਾ ਸਕਦਾ। ਐਗਰੋ ਇਕੋਲੋਜੀ ਕੀ ਹੈ? ਪੰਨ ਗੁਰੂਪਾਂ ਦੇ ਪਿਤਾ ਮਾਤਾ ਪਿਤਾ ਮਹੱਤ, ਇਹ ਐਗਰੋ ਇਕੋਲੋਜੀ ਹੈ। ਧਰਤੀ ਪੌਧ ਪਾਣੀ ਕਿਸਾਨੀ ਜਵਾਨੀ ਤੇ ਪਾਣੀ ਇਹ ਬਚਾ ਸਕਦੇ ਹਾਂ, ਇਹ ਰਾਹ ਵੀ ਕੀ ਜਾ ਸਕਦੀ ਹੈ। ਇਸ ਨੂੰ ਲਾਗੂ ਕਰਨ ਦਾ ਪਹਿਲਾ ਕਦਮ ਇਹ ਹੈ ਕਿ ਪੰਜਾਬ ਸਰਕਾਰ ਇੱਕ ਆਪਣੀ ਮਾਰਕੀਟਿੰਗ ਸਟ੍ਰੈਟਜੀ ਬਣਾਵੇ, ਮਾਰਕੀਟਿੰਗ ਸਟ੍ਰੈਟਜੀ ਜੋ ਛੋਟੇ ਤੋਂ ਛੋਟੇ ਕਿਸਾਨ ਦੇ ਹੱਕ ਪੂਰੇ ਕਰਨ ਵਾਸਤੇ ਇੱਕ ਬਲੂ ਪ੍ਰਿੰਟ ਹੋਵੇ, ਇੱਕ ਪਲੈਨ ਹੋਵੇ, ਇੱਕ ਰਾਹ ਹੋਵੇ ਜਿਹੜੀ ਸਾਰੇ ਨੂੰ ਪਤਾ ਹੋਵੇ। ਅਨਾਜ ਨੂੰ ਬੀਜਣ ਤੋਂ ਲੈ ਕੇ ਉਹਦੀ ਖਰੀਦ ਤੱਕ, ਟਰਾਂਸਪੋਰਟ ਤੋਂ ਸਟੋਰੇਜ ਦਾ ਮਾਡਲ ਹੋਵੇ ਤੇ ਖੇਤੀ ਦਾ ਸਾਰਾ ਮੁਨਾਫਾ ਵਾਪਸ ਕਿਸਾਨ ਦੇ ਕੋਲ ਆਵੇ, ਪੂੰਜੀਆਂਪਤੀਆਂ ਕੋਲ ਨਾ ਜਾਵੇ। ਅੱਜ ਪੂੰਜੀਆਂਪਤੀਆਂ ਕੋਲ ਹੋਲਡਿੰਗ ਕਪੈਸਿਟੀ ਹੈ, ਉਹਦੇ ਆਪਦੇ ਵੱਡੇ ਵੱਡੇ ਸਟੋਰ ਨੇ, ਉਹਨਾਂ ਕੋਲ 2 ਕਿਲੋਮੀਟਰ ਦੇ ਸਟੋਰ ਨੇ,
ਸੀ ਲੱਗੇ ਹੋਏ ਨੇ, ਉਹ ਚ ਫਲ ਛੱਡਦੇ ਆ, ਉਹ ਬਲੀਜ਼ ਹੋ ਜਾਂਦਾ 2 ਸਾਲ ਬਾਅਦ ਵਿੱਚ 100 ਗੁਣਾ ਦਾਮ ਦੇ ਵਿੱਚ। ਇਹਨਾਂ ਨੂੰ ਕਾਨੂੰਨ ਚ ਲਿਖ ਕੇ ਦਿੱਤਾ ਉਹਨੇ ਕਿ 50 ਗੁਣਾ ਵੇਚ ਲਓ ਚਾਹੇ 100 ਗੁਣਾ ਵੇਚ ਲਓ, ਕਿਸਾਨ ਦਾ ਦਿੰਦਾ ਜਿਹੜਾ ਰੇਟ ਇਹ ਵਿਚੋਲੀਆ ਬਣ ਕੇ 100 ਗੁਣਾ 150 ਗੁਣਾ ਵੇਚਦੇ ਆ। ਹੋਲਡਿੰਗ ਲੈਜੀਟੀਮਾਈਜ਼ ਕਰਤੀ, ਲੀਗਲ ਕਰਤੀ, ਤੁਸੀਂ 100 ਗੁਣਾ ਵੇਚ ਸਕਦੇ। ਇਸੇ ਕਰਕੇ ਜਿੱਥੋਂ ਸੇਬ ਚੁੱਕਦੇ ਆ ਕੌਡੀਆਂ ਦੇ ਦਾਮ ਤੇ ਚੁੱਕਦੇ ਆ, ਤੇ ਫਿਰ ਪਤਾ ਨੀ ਕਿਤੇ ਕਿਤੇ ਵੇਚਦੇ, ਵਿਦੇਸ਼ਾਂ ਚ ਭੇਜਦੇ। ਪਛਾਣ ਦੇ ਕੋਲ ਮੈਨੂੰ ਦੱਸ ਦੋ ਇੱਕ ਦਿਨ ਦੀ ਵੀ ਸਟੋਰੇਜ ਕਪੈਸਿਟੀ ਹੈਗੀ ਹੈ? ਇਹਨਾਂ ਕੋਲ ਮਾਰਕੀਟਿੰਗ ਕਪੈਸਿਟੀ ਹੈ, ਦੁਕਾਨਾਂ ਨੇ, ਟਰਾਂਸਪੋਰਟ ਹੈ, ਹਰ ਚੀਜ਼ ਹੈ, ਪਰ ਕਿਸਾਨ ਕੋਲ ਫਸਲ ਰੱਖਣ ਦੀ ਕੋਈ ਸ਼ਮਤਾ ਨਹੀਂ। ਤੇ ਜਿਵੇਂ ਮੈਂ ਪਹਿਲਾਂ ਕਹਿੰਦਾ, ਪੰਜਾਬ ਸਰਕਾਰ ਕੋਲ ਕੋਲਡ ਸਟੋਰੇਜ ਬਣਾ ਕੇ ਕਿਸਾਨ ਦਾ ਹੱਕ ਫੜੇ, ਹਰ 5 ਪਿੰਡਾਂ ਦੇ ਵਿੱਚ ਕੋਲਡ ਸਟੋਰੇਜ ਹੋਵੇ। ਅੱਜ ਲੋੜ ਹੈ ਕਿ ਕਿਸਾਨ ਕੋਲ ਆਪਣੀ ਹੋਲਡਿੰਗ ਕਪੈਸਿਟੀ ਹੋਵੇ ਤੇ ਉਹ ਸਰਕਾਰ ਨਾਲ ਮਿਲ ਆਪਣਾ ਅਨਾਜ ਸਟੋਰ ਕਰ ਸਕਣ, ਤੇ ਜਦ ਚਾਹੁਣ MSP ਤੇ ਜਾਂ MSP ਤੋਂ ਉੱਪਰ ਆਪਣਾ ਅਨਾਜ ਵੇਚ ਸਕਣ। ਸਰਕਾਰ ਕਿਸਾਨ ਨੂੰ ਖੁਦ ਗਰੰਟੀ ਦੇਵੇ MSP ਦੀ, ਤੇ ਜੇ ਕੋਈ ਪੰਜਾਬ ਦੀ ਕਿਸਾਨੀ ਨੂੰ ਇਸ ਘੱਟ ਦੀ ਆਮਦਨ, ਵੱਧ ਰਹੀ ਲਾਗਤ ਤੇ ਕਿਸਾਨ ਨੂੰ ਇਸ ਲਗਾਤਾਰ ਘੱਟ ਰਹੀ ਉਪਜ ਦੇ ਚੱਕਰ ਚੋਂ ਬਾਹਰ ਕੱਢਿਆ ਜਾਵੇ, ਕਿਸਾਨ ਨੂੰ ਬਚਾਇਆ ਜਾਵੇ, ਆੜ੍ਹਤੀਆਂ ਨੂੰ ਬਚਾਇਆ ਜਾਵੇ, ਕਿੱਥੇ ਜਾਂਦਾ ਕਿਸਾਨ ਜੇ ਉਹਨੂੰ ਰਾਤ ਨੂੰ ਕਿਤੇ ਲੋੜ ਪੈਂਦੀ 10,000 ਆੜ੍ਹਤੀ ਬੋਲੇਗਾ? ਜਿਹਦੇ ਕਿਸਾਨ ਦੀ ਆਮਦਨ ਵਧੂ ਉਹ ਆੜ੍ਹਤੀਏ ਦੀ ਵੀ ਤੇ ਕਮਿਸ਼ਨ ਬੋਲੂ। ਤੇ ਜਿਹੜਾ ਮੰਡੀ ਮਜ਼ਦੂਰ ਹੈ, ਪੱਲੇਦਾਰ ਵੀਰ ਮੇਰੀ ਪੱਗ ਵਰਗੇ ਬੈਠੇ ਇੱਥੇ, ਉਹਨਾਂ ਦੀ ਵੀ ਤਾਂ ਜਿਹੜੇ ਦਿਹਾੜੀ ਆ ਵਧੂ। ਤੇ ਜੇ ਇਹਨਾਂ ਨੇ ਆਪਦੇ ਕੋਲਡ ਸਟੋਰੀਆਂ ਦੇ ਵਿੱਚ ਮਾਲ ਰੱਖ ਕੇ 100-100 ਗੁਣੇ ਵੱਧ ਵੇਚਣਾ ਹੈ ਤੇ ਭੁੱਖਮਰੀ ਆਊ। ਮੈਂ ਦੱਸਦਾ ਭੁੱਖਮਰੀ ਆਊ, ਭੁੱਖਮਰੀ ਇਸ ਕਰਕੇ ਨਹੀਂ ਆਉਂਦੀ ਅਨਾਜ ਮੁੱਕ ਗਿਆ। ਅਨਾਜ ਹੁੰਦਾ ਅੰਬਾਨੀ ਤੇ ਅਡਾਨੀਆਂ ਦੇ ਗੋਦਾਮਾਂ 'ਚ ਹੁੰਦਾ, ਪਰ ਉਹ ਗਰੀਬ ਦੀ ਪਹੁੰਚ ਤੋਂ ਪਰੇ ਹੋ ਜਾਂਦਾ, ਗਰੀਬ ਦੀ ਖਰੀਦਣ ਦੀ ਤਾਕਤ ਤੋਂ ਉਹ ਪਰੇ ਹੋ ਜਾਂਦਾ, ਇਸ ਕਰਕੇ ਭੁੱਖਮਰੀ ਆਉਂਦੀ ਹੈ। ਇਸ ਕਰਕੇ ਇਨਫਲੇਸ਼ਨ ਆਊ, ਜਿਹੜਾ ਦਿਹਾੜੀਦਾਰ ਪੱਲੇਦਾਰ ਵਿਚਾਰਾ 500 ਰੁਪਈਏ ਦਿਨ ਦੇ ਕਮਾਉਂਦਾ, ਉਹਦੀ ਵੈਲਿਊ 200 ਰੁਪਈਏ ਰਹਿ ਜਾਣੀ ਹੈ। ਜੋ 500 'ਚ ਖਰੀਦਦਾ ਸੀ ਉਹ 2000 'ਚ ਨਹੀਂ ਖਰੀਦਿਆ ਜਾਣਾ। ਮੈਂ ਤੁਹਾਨੂੰ ਟਕਾ ਕੇ ਕਹਿ ਰਿਹਾ, ਇਸ ਕਰਕੇ ਇਸ ਆਉਣ ਵਾਲੇ ਖਤਰੇ ਨੂੰ ਆਪਾਂ ਟਾਲ ਸਕਦੇ ਹਾਂ। ਇਹ ਠਾਠਾ ਮਾਤਾ ਕੱਠ ਇਸ ਗੱਲ ਦਾ ਪ੍ਰਮਾਣ ਹੈ ਕਿ ਤੁਸੀਂ ਚਿੰਤਨ ਕਰ ਰਹੇ ਹੋ, ਤੁਸੀਂ ਸਰਕਾਰਾਂ ਨੂੰ ਸਹੀ ਰਾਹ ਪਾ ਸਕਦੇ ਹੋ, ਕਿਉਂਕਿ ਲੋਕਾਂ ਦੀ ਤਾਕਤ ਨਾਲੋਂ ਵੱਡੀ ਕੋਈ ਤਾਕਤ ਨਹੀਂ। ਔਰ ਮੈਂ ਅੱਜ ਤੁਹਾਨੂੰ ਟਕਾ ਕੇ ਕਹਿ ਰਿਹਾ ਕਿ ਇਸ ਨੂੰ ਕਰਨ ਦੇ ਵਾਸਤੇ ਕੇਂਦਰ ਸਰਕਾਰ ਦੀ ਕੋਈ ਲੋੜ ਨਹੀਂ। ਪੰਜਾਬ ਦੀ ਕਿਸਾਨੀ ਦੀ ਹਰ ਮੁਸ਼ਕਲ ਦਾ ਹੱਲ ਇਕੱਲੇ ਕੇਂਦਰ ਵੱਲ ਦੇਖ ਕੇ ਨਹੀਂ ਹੋਣਾ, ਪੰਜਾਬ ਸਰਕਾਰ ਕਿਸਾਨੀ ਵਿੱਚ ਇਨਵੈਸਟ ਕਰੇ, 4 ਪੈਸੇ ਲਾਓ ਤੇ ਸਭ ਕੁਝ ਆਸਾਨੀ ਨਾਲ ਹੱਲ ਹੋ ਸਕਦਾ। ਪੰਜਾਬ ਵਿੱਚ ਡਾਈਵਰਸੀਫਿਕੇਸ਼ਨ, ਇਕੱਲਾ ਝੋਨਾ ਜੀਰੀ ਕਿਉਂ ਲੱਗਦੀ ਹੈ, ਹੋਰ ਕੋਈ ਪੌਦਾ ਕਿਉਂ ਨਹੀਂ ਲਾਉਂਦਾ, ਕਿਉਂਕਿ ਮੈਂ MSP ਉਹ ਲਾ ਕੇ ਦਿੰਦੇ ਹਾਂ। ਜਦ ਦਸ਼ਕਾਂ ਤੋਂ ਰਿਪੋਰਟ ਤੇ ਰਿਪੋਰਟ ਬਣੀ ਹੈ, ਯੂਨੀਵਰਸਿਟੀਆਂ ਦੇ ਵਿੱਚ ਪਈ ਹੈ, ਵੱਡੇ ਵੱਡੇ ਐਕਸਪਰਟ ਕਹਿੰਦੇ ਆਹ ਲਾਓ ਜੀ ਆਹ ਲਾਓ, ਕਿਉਂ ਕਿ ਜੀਰੀ ਕੱਲ੍ਹ ਨੂੰ ਛੱਡ ਕੇ ਕਿਸੇ ਹੋਰ ਫਸਲ ਤੇ ਸਰਕਾਰ ਕੋਲ MSP ਦਾ ਪ੍ਰੋਕਿਓਰਮੈਂਟ ਮਾਡਲ ਹੀ ਹੈ, ਪ੍ਰੋਕਿਓਰਮੈਂਟ ਮਾਡਲ ਹੀ ਹੈ ਹੋਰ ਕਿਸੇ ਫਸਲ ਦੇ ਵਾਸਤੇ। ਦੇਖ ਲਓ ਮੱਕੀ 1800 ਰੁਪਈਏ ਦੀ MSP ਹੈ, ਵਿਕਦੀ 600 'ਚ ਹੈ, ਕੋਈ 800 ਚੱਕਦਾ ਖੜਿਆ ਦਲਾ। ਪੰਜਾਬ ਵਿੱਚ ਜੇ MSP ਤੇ ਸਰਕਾਰੀ ਖਰੀਦ ਦੀ ਗਰੰਟੀ ਦੇ ਨਾਲ ਇੱਕ ਡਿਮਾਂਡ ਸਪਲਾਈ ਦਾ ਇਹੋ ਜਿਹਾ ਮਾਡਲ ਬਣਾਇਆ ਜਾ ਸਕਦਾ ਹੈ ਕਿ ਪੰਜਾਬ ਦੇ 3 ਕਰੋੜ ਆਬਾਦੀ ਦੀ ਜ਼ਰੂਰਤ ਅਨੁਸਾਰ, ਜਿਹੜੀ 3 ਕਰੋੜ ਦੀ ਸਾਡੀ ਆਬਾਦੀ ਹੈ,
ਖੇਤੀ ਤੇ ਸਰਕਾਰ ਖਰੀਦ ਕਰੇ ਤੇ ਕਿਸਾਨੀ ਦੀ ਸਾਰੀ ਮੁਸ਼ਕਿਲ ਹੱਲ ਹੋ ਸਕਦੀ ਹੈ। ਜੋ ਆਪਾਂ ਖਾਂਦੇ ਹਾਂ ਬਾਈਏ, ਕੀ ਜੋ 3 ਕਰੋੜ ਪੰਜਾਬੀ ਖਾਂਦਾ ਉਹ ਇੱਥੋਂ ਆਉਂਦਾ, ਬਾਹਰੋਂ ਆਉਂਦੇ ਸਾਰੇ ਸਬਜ਼ੀਆਂ ਫਰੂਟ ਦਾਲਾਂ। ਇਹ ਉਹ ਕਿਸਾਨ ਹੈ ਜਿਹਨੇ ਸਾਰੇ ਹਿੰਦੁਸਤਾਨ ਦਾ ਨਹੀਂ ਵੱਧਦਾ ਪੇਟ ਭਰਿਆ। ਕੀ ਸਾਡੀ ਇਹ ਹਾਲਤ ਹੋ ਜੂ? ਮੈਨੂੰ ਪੂਰਾ ਯਕੀਨ ਹੈ ਵੀਰੋ, ਮੈਂ ਖਤਮ ਕਰ ਰਿਹਾ, ਔਰ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਇਹ ਜਿਹੜਾ ਇਕੱਠ ਹੈ ਅੱਜ ਹੋਇਆ, ਇਹਦੀ ਗੂੰਜ, ਇਹਦੀ ਧਮਕ ਸਾਰੀ ਦੁਨੀਆ ਜਾਊਗੀ। ਔਰ ਮੈਂ ਤੁਹਾਨੂੰ ਯਕੀਨ ਦਾਨਾ, ਪੂਰਾ ਯਕੀਨ ਕਿ ਪੰਜਾਬ ਦੇ ਲੋਕ ਇਹਨਾਂ ਹੱਲਾਂ ਨੂੰ ਤਾਕਤ ਦੇ ਵਿੱਚ ਲੈ ਕੇ ਆਉਣਗੇ, ਲਾਗੂ ਕਰਨਗੇ, ਤੇ ਪੰਜਾਬ ਦੀ ਕਿਸਾਨੀ ਨੂੰ, ਪੰਜਾਬ ਦੀ ਜਵਾਨੀ ਨੂੰ ਖੁਦ ਮੁਖਤਿਆਰੀ ਦੀ ਰਾਹ ਦੇ ਉੱਤੇ ਲੈ ਕੇ ਆਉਣਗੇ। ਪੰਜਾਬ ਏਕਤਾ ਜਿੰਦਾਬਾਦ, ਅਸੀਂ ਤਕੜੇ ਕਿਸਾਨ ਇਕੱਠੇ ਹਾਂ। ਆਹ ਪੰਜੇ ਉਂਗਲਾਂ, ਕੋਈ ਛੋਟੀ ਹੈ, ਕੋਈ ਲੰਬੀ ਹੈ, ਕੋਈ ਮੋਟੀ ਹੈ, ਕੋਈ ਪਤਲੀ ਹੈ, ਜਦੋਂ ਇਕੱਠੀ ਹੋ ਜਾਂਦੀਆਂ, ਆਹ ਵੇਖੋ ਬੰਦ ਮੁੱਠੀ ਲੱਖ ਦੀ ਤੇ ਖੁੱਲੀ ਕੱਖ ਦੀ। ਇਸ ਕਰਕੇ ਸਭ ਨੂੰ ਚਾਹੀਦਾ ਵੀ ਉਂਗਲਾਂ ਦੇ ਚੱਕਣ ਇੱਕ ਦੂਜੇ ਦੇ, ਇਕੱਠੇ ਹੋ ਕੇ ਕਿਸਾਨ ਏਕਤਾ ਜਿੰਦਾਬਾਦ, ਮਜ਼ਦੂਰ ਏਕਤਾ ਜਿੰਦਾਬਾਦ, ਪੰਜਾਬ ਏਕਤਾ ਜਿੰਦਾਬਾਦ। ਇਹ ਚੈਨਲ ਬਣਾ ਲਿਆ ਸਾਡਾ, ਇਹ ਕਾਮਨ ਮਿਨੀਮਮ ਪ੍ਰੋਗਰਾਮ ਬਣਾ ਕੇ ਜੇ ਅਸੀਂ ਅੱਗੇ ਵਧਾਂਗੇ ਤੇ ਕੋਈ ਦੁਨੀਆ ਦੀ ਤਾਕਤ ਸਾਨੂੰ ਹਰਾ ਨਹੀਂ ਸਕਦੀ, ਸਾਨੂੰ ਝੁਕਾ ਨਹੀਂ ਸਕਦੀ। ਉਹ ਅੰਬਾਨੀ ਅਡਾਨੀ ਦੇ ਕੀ ਚੀਜ਼ ਨੇ, ਕਹਿੰਦੇ ਵੱਡੇ ਵੱਡਿਆਂ ਤੋਂ ਨਹੀਂ ਦਵੇ। ਐਂਡ ਕਰਦਾ ਮੈਂ ਫਿਰ, ਜਿਹੜਾ ਸਿੱਧੂ ਵਾਲੀ ਸ਼ੇਅਰ ਨਹੀਂ ਸੁਣਾਇਆ, ਸ਼ੇਅਰ ਸੁਣਾ ਦੇਣਾ ਹੁਣ, ਤੁਸੀਂ ਤਾੜੀ ਵੀ ਮਾਰ ਲਿਓ, ਨਾਲੇ ਜੈਕਾਰਾ ਵੀ ਲਾ ਦਿਓ, ਕਿਉਂਕਿ ਗੱਲ ਲੈਣਾ ਹਲੇ ਨਹੀਂ ਤੇ ਸ਼ੇਅਰ ਸੁਣ ਲਿਆ ਆਪੇ ਵਜੂ। ਦੇਖਿਓ ਇਹ ਨਜ਼ਰਾਂ ਨਹੀਂ ਭਰੀਆਂ ਝੁਕਣ ਵਾਸਤੇ, ਇਹ ਪੰਜਾਬੀਆਂ ਦੀਆਂ ਨਜ਼ਰਾਂ ਨੇ, ਇਹ ਗੁਰੂ ਸਾਹਿਬਾਨਾਂ ਦੀਆਂ, ਸੰਤਾਨਾਂ ਦੀਆਂ ਨਜ਼ਰਾਂ ਨੇ। ਇਹ ਨਜ਼ਰਾਂ ਨਹੀਂ ਬਣੀਆਂ ਝੁਕਣ ਵਾਸਤੇ, ਇਹ ਤੇ ਬਣੀਆਂ ਨੇ ਸ਼ਹੀਦੀਆਂ, ਖੁਮਾਰੀਆਂ ਦੇ ਲਈ, ਦੁੱਖ ਕੰਮਾਂ ਵਾਸਤੇ ਸਾਡੇ ਸਿਰ ਬਣੇ, ਜਾਂ ਆਰੀਆਂ ਦੇ ਲਈ ਤੇ ਜਾਂ ਸਰਦਾਰੀਆਂ ਦੇ ਲਈ।
ਬਹੁਤ ਬਹੁਤ ਤੁਹਾਡਾ ਧੰਨਵਾਦ। ਮੈਂ ਫੇਰ ਸਾਫਾ ਲਾਉਂ ਪਾਸੇ ਹੋ ਭਾਈ ਤੂੰ ਵੀ ਪਾਸੇ ਹੋ ਮੈਂ ਫੇਰ ਸਾਫਾ ਲਾਉਂ। ਮੈਂ ਚੀਫ ਮਿਨਿਸਟਰ ਦੇ ਅੱਗੇ ਨਹੀਂ ਝੁਕਿਆ, ਮੈਂ ਪ੍ਰਾਈਮ ਮਿਨਿਸਟਰ ਦੇ ਅੱਗੇ ਨਹੀਂ ਝੁਕਿਆ, ਪਰ ਪੰਜਾਬ ਦੇ ਲੋਕਾਂ ਦੇ ਅੱਗੇ ਮੈਂ ਝੁਕਣਾ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਰੱਬ ਦੀ ਆਵਾਜ਼ ਮੰਨਦਾ। ਆਵਾਜ਼ ਖਲਕ ਲਗਾੜਾ ਖੁਦਾ ਜਨਤਾ ਦੀ ਆਵਾਜ਼ ਚ ਪਰਮਾਤਮਾ ਦੀ ਆਵਾਜ਼ ਹੈ। ਇਕੱਠ ਪ੍ਰਮਾਣ ਕਿ ਆਵਾਜ਼ ਜ਼ੁਲਮ ਦੇ ਖਿਲਾਫ ਉੱਠੂਗੀ ਔਰ ਜ਼ੁਲਮ ਨੂੰ ਪਛਾੜੂਗੀ। ਅਜ ਤੇ ਪਹਿਲਾਂ ਨਹੀਂ ਕਹਿ ਦੋ ਦਵੇ ਰੁਕੇ ਨਾ ਜੋ ਝੁਕੇ ਨਾ ਜੋ ਦਵੇ ਨਾ ਜੋ ਉਸੇ ਪੰਜਾਬੀ ਸਰਦਾਰ ਤੁਹਾਡਾ ਧੰਨਵਾਦ। ਮੈਂ ਫੇਰ ਮੋਢੇ ਲਾ ਕੇ ਕਰੂੰ ਕਿਸਾਨ ਭਰਾ ਹੁੰਦੇ
ਆਓ 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 ਆਓ